ਉਹ ਸਾਡਾ ਫੁੱਫੜ ਉਹ ਘੋੜੀ ਲੈ ਕੇ ਤੇ ਉਹ ਭੱਜ ਭਜਾਲ ਗਿਆ ਕੋਲ। ਅੱਛਾ, ਉਹ ਵੀ ਫਿਰ ਵਿਚਾਰਾ ਮਰ ਗਿਆ, ਗੋਲੀ ਵੱਜੀ ਪਿੱਛੋਂ ਕਾਂਡੇ ਚ ਫੁੱਫੜ ਤੁਹਾਡਾ। ਆਉਣ ਲੱਗਾ ਜਦੋਂ ਪਿੱਛਾ ਪਰਤਿਆ, ਇਹ ਲੱਭੇ ਕੋਈ ਨਾ, ਇਹ ਉੱਥੇ ਹੀ ਸਨ ਕੋਈ ਨਾ ਕਾਬਲੇ, ਇਹ ਨਿਕਲ ਗਏ। ਬਾਪ ਸਾਡੇ ਨੂੰ 315 ਬੋਰ ਬਲੋਕ ਤੇ ਦਨਾਲੀ ਵੀ ਦੋਵੇਂ ਮੋਢਿਆਂ ਦੇ ਪੰਜ ਦੋਵੇਂ ਸਾਡੇ ਚਲਾਉਣ ਲੱਗਾ, ਦੋਵੇਂ ਹੀ ਨਾ ਚੱਲੀ, ਦੋਵੇਂ ਨਾ ਚੱਲੀਆਂ। ਜਦੋਂ ਸਾਡੇ ਪਿੰਡ ਚ ਗੋਲੀ ਚੱਲਣ ਲੱਗੀ, ਜਿਹੜੇ ਟਾਲੀ ਨੂੰ ਮਾਰ ਕੇ ਦੋਵੇਂ ਤਰੋੜ ਗਿਆ, ਅੱਖ ਲੱਗਾ ਸਾਡਾ ਵਕਤ ਆ ਗਿਆ। ਉਦੋਂ ਵਿੱਚ ਸਾਡੇ ਬਾਪ ਨੇ ਕਿਸੇ ਨੂੰ ਅੰਜ ਫਿਟੇ ਮੂੰਹ ਨਹੀਂ ਆਖਿਆ, ਉਸ ਆਖਿਆ ਵਕਤ ਸਾਡਾ ਪੈ ਗਿਆ। ਸਾਨੂੰ ਦੋ ਭਰਾ, ਇੱਕ ਮੇਥੋਂ ਛੋਟਾ ਸੀ, ਸਾਨੂੰ ਬੁਖਾਰ ਚੜ ਗਿਆ, ਪੈਸਾ ਕੋਲ ਕੋਈ ਨੀ ਸੀ, ਰੋਟੀਆਂ ਅੰਜ ਕਰਕੇ ਸੱਟਣ, ਅੱਜ ਅੱਜ ਹੱਥ ਪਾਉਣ, ਇੰਨੀ ਕੋਈ ਰੋਟੀ ਮੇਰੇ ਹੱਥ ਆ ਗਈ, ਇੰਨੀ ਕੋਈ ਅੱਧੀ ਤੇਰੇ ਹੱਥ, ਤੂੰ ਅੱਧੀ ਲੈ ਗਿਆ। ਜਿਹਦੇ ਹੱਥ ਸਾਰੀ ਵੱਡਾ ਉੱਚੀ ਬਾਂਹ ਸੀ, ਉਹ ਸਾਰੀ ਰੋਟੀ ਆਈ ਤੇ ਸਾਰੀ ਪਾਈ, ਤੇ ਖੱਚਰਾਂ ਖੋਤਿਆਂ ਤੇ ਪ੍ਰੀਤਮ ਸ਼ਾਹ ਦੀ ਖੱਤਰੀ ਦੇ ਸੋਨਾ ਲੱਦਿਆ, ਲੋਕਾਂ ਚਾਂਦੀ ਲੱਦੀ, ਜਿਹੜਾ ਗਹਿਣੇ ਪਾਇਆ। ਉਸ ਵੇਲੇ ਦਿੱਲੀ ਬੈਂਕ ਸਨ, ਉਹਦੇ ਬੈਂਕਾਂ ਚ ਰੁਪਈਆ ਸੀ, ਪ੍ਰੀਤਮ ਸਿੰਘ ਦਾ ਬੜਾ ਪੋਚਦਾ ਸੀ, ਬੜੀ ਉੱਚੀ ਕੋਠੀ ਸੀ। ਸੱਚੇ ਸੌਦੇ ਤੇ ਅਸੀਂ ਰਹਿ ਸਾਂ ਕੋਈ 4 ਮਹੀਨੇ। ਅੱਛਾ, 4 ਮਹੀਨੇ ਉੱਥੇ ਰਹੇ। ਕੋਈ ਗੱਡੀਆਂ ਜਦੋਂ ਜਾਂਦੀਆਂ ਬੱਸਾਂ, ਇੱਕ ਗੱਡੀ ਇਧਰੋਂ ਆਈ, ਜਿਸਲੇ ਆਈ ਤੇ ਭੱਜ ਕੇ ਨਾ ਲੋਕ ਗਏ, ਉਹਨਾਂ ਮੱਠੀ ਕਰਦੇ ਸੀ, ਉਹ ਮੁਸਲਮਾਨੀ ਮਿਲਟਰੀ ਦੀ, ਉਹਨਾਂ ਮਸ਼ੀਨ ਗੰਨਾ ਬੀੜੀਆਂ। ਅੱਛਾ, ਉਹਨਾਂ ਫਿਰ ਖੋਲ ਦਿੱਤੀ ਗੰਨਾ, ਬੜੇ ਮਰੇ, ਬੜਾ ਨੁਕਸਾਨ ਹੋਇਆ, ਬੜੇ ਮਰੇ ਪੂਰੇ। ਇੱਕ ਗੱਡੇ ਦੇ 5-5 ਲੋਥਾਂ ਪਾ ਕੇ ਸਾੜੀਆਂ ਤੇ ਪਰਾਂ ਸੇਮ ਨਾਲੀਆਂ ਚ ਕਾਲੇ ਕਰ ਕਰ ਸੁੱਟੇ ਲੋਕਾਂ ਨੇ। ਉਹਦਾ ਨਾਂ ਸੀ ਰਾਬਿਆਂ, ਰਾਮਿਆਂ, ਰਾਬਿਆਂ, ਰਾਬਿਆਂ। ਅੱਛਾ, ਰਾਬਿਆਂ, ਠੀਕ ਹੈ। ਉਹਦਾ ਮਾਂ ਪਿਓ ਭਰਾ ਕੋਈ ਨੀ ਸੀ। ਅੱਛਾ, ਉਹਦਾ ਪਿਓ ਵੀ ਮਰ ਗਿਆ ਤੇ ਮਾਂ ਵੀ ਮਰ ਗਈ, ਛੋਟੀ ਜੀ ਸੀ ਉਹਨੂੰ ਐਡੀ ਕੋ, ਤੇ ਉਹ ਰੋਵੇ ਪਈ ਤੇ ਬਾਪੂ ਰੀ ਉਹਨੂੰ ਕੰਬਲੇ ਚ ਸਿਆਲ ਸੀ ਵਲੇਟ ਲਿਆ, ਤੇ ਉਹ ਸਾਨੂੰ ਅਸੀਂ ਉਹਨੂੰ ਭੂਆ ਆਉਂਦੇ ਸੀ। ਅੱਛਾ, ਸਾਡੇ ਉਹਨੇ ਸਿਰ ਧੋਣੇ, ਕੰਗੀਆਂ ਕਰਨੀਆਂ, ਜੂੜੇ ਕਰਨੇ, ਫਿਰ ਉਹ ਵਿਆਹੀ। ਅੱਛਾ, ਉਹ ਟੱਲੇ ਵਿਆਹੀ ਸੀ। ਫਿਰ ਉਹਦੇ ਘਰ ਪੁੱਤਰ ਹੋਇਆ, ਫਿਰ ਮੱਝੀ ਦਿੱਤੀਆਂ ਬਾਪੂ ਨਾ, ਮੁਸਲਮਾਨੀ ਰੋਟੀ ਕੀਤੀ, ਜੰਜ ਜਦੋਂ ਸੱਦੇ 100 ਬੰਦਾ ਜੰਜ ਸੱਦੀ। ਤੁਸੀਂ ਆਪਣੇ ਹੱਥਾਂ ਨਾਲ ਵਿਆਹ ਕੀਤਾ ਉਹਨਾਂ ਦਾ, ਤੁਹਾਡੇ ਬਾਪੂ ਨੇ? ਆ ਮੇਰੀ ਸਮਾਜ ਚ ਵਿਆਹ ਹੋਇਆ। ਠੀਕ ਠੀਕ, ਅਸੀਂ ਉਹਨੂੰ ਭੂਆ ਆਂਦੇ। ਅੱਛਾ ਅੱਛਾ, ਫਿਰ ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਬਾਪੂ ਜੀ ਠੀਕ ਠਾਕ ਹੋ? ਠੀਕ ਠਾਕ। ਬਾਪੂ ਜੀ ਆਪਣਾ ਨਾਮ ਕੀ ਤੁਹਾਡਾ? ਬਾਪੂ ਜੀ ਆਪਣੀ ਜਾਤ ਕਿਹੜੀ ਤੁਹਾਡੇ? ਸਾਡੀ ਵਡੈਚ ਜਾਤ। ਵਡੈਚ ਜਾਤ ਹੈ? ਤੇ ਬਾਪੂ ਜੀ ਤੁਹਾਡਾ ਜਮ ਪਾਕਿਸਤਾਨ ਦਾ? ਸਾਰਾ ਪਿੰਡ ਜਿਹੜਾ ਸੀ ਉਹ ਸਾਡਾ ਵਡੈਚਾਂ ਦਾ ਸੀ। ਠੀਕ ਹੈ। ਮੁਸਲਮਾਨ ਸਨ, ਅੱਧੇ ਸਿੱਖ ਸਨ। ਜੀ ਜੀ, ਉਹ ਵੀ ਜਿਹੜੇ ਮੁਸਲਮਾਨ ਸਨ ਉਹ ਵੀ ਵਡੈਚ ਸਨ। ਅੱਛਾ ਅੱਛਾ। ਸਾਡੇ ਪਿੰਡ ਵਿੱਚ ਉਹ ਘਰ ਆਇਆ ਸੀ ਜਿਹਦਾ ਮਾਮਿਆਂ ਨਾਨਕਿਆਂ ਚੋਂ ਕੋਈ
ਜੀ ਨਹੀਂ ਸੀ, ਪਰਿਵਾਰ ਅੱਗੇ ਵਧਿਆ। ਠੀਕ ਹੈ। ਚੀਮਿਆਂ ਦੇ ਇੱਕ ਦੋ ਘਰ ਆਏ ਸਨ ਸਿੱਖਾਂ ਦੇ, ਉਹਨਾਂ ਦਾ ਮਾਮਾ ਨਹੀਂ ਸੀ। ਅੱਛਾ ਅੱਛਾ। ਤੇ ਉਹਨਾਂ ਦੇ ਨਾਲ ਜ਼ਮੀਨ ਥੋੜੀ ਜਿਹੀ। ਠੀਕ ਠੀਕ। ਹੋਰ ਸਾਡੇ ਘਰ ਪਿੰਡ ਦੇ ਵਿੱਚ ਸਾਰੇ ਪਿੰਡ ਚ ਕੋਈ ਨਹੀਂ ਸੀ। ਸਾਡਾ ਪੜਦਾਦਾ ਜੀ ਜਿਹੜੇ ਸਰਦਾਰ ਜਗਤ ਸਿੰਘ ਜੀ, ਹਾਂਜੀ ਹਾਂਜੀ, ਉਹ ਜੈਲਦਾਰ ਸਨ। ਜੈਲਦਾਰ ਸਨ, ਜੈਲਦਾਰ ਸਨ। ਠੀਕ ਹੈ। ਬਾਈਆਂ ਪਿੰਡਾਂ ਦੇ, ਬਾਈ ਪਿੰਡਾਂ ਦੇ, ਬਾਈਆਂ ਪਿੰਡਾਂ ਦੇ ਜੈਲਦਾਰ ਸਨ ਜੀ ਜੀ, ਮਸ਼ਹੂਰ ਸਨ ਸਾਰੇ ਪਿੰਡਾਂ ਚ। ਠੀਕ ਹੈ। ਉਹਨਾਂ ਨੂੰ ਆਏ ਗਏ ਬਰਾਤ ਦੀ ਰੋਟੀ ਪਕਾਉਂਦੇ ਸਨ। ਅੱਛਾ। ਜਿਹੜਾ ਕੋਈ ਲੰਘੇ ਉਦੋਂ ਰਾਤਾਂ ਰਹਿੰਦੀਆਂ ਸਨ, ਤਰੇ ਰਾਤਾਂ ਰਹਿੰਦੀਆਂ, ਦੋ ਤਰੇ, ਦੋ ਤੇ ਹਰ ਇੱਕ ਰੱਖਦਾ ਸੀ। ਉਦੋਂ ਵੀ ਇੱਧਰ ਆ ਕੇ ਆਏ ਆ ਤੇ ਇੱਕ ਘੜੇ ਸਵੇਰੇ ਆਉਣਾ ਤੇ ਸ਼ਾਮ ਨੂੰ ਵਾਪਸ। ਠੀਕ ਠੀਕ। ਵਿਰਲੇ 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 ਵਿਰਲੇ। ਚਲੋ ਪੁੱਛਾਂਗੇ ਤੇ ਬਾਪੂ ਜੀ, ਤੁਹਾਡਾ ਮਤਲਬ ਜਦੋਂ ਤੁਸੀਂ ਇੱਧਰ ਆਏ ਸੋ ਉਸ ਟਾਈਮ ਕਿੰਨੇ ਸਾਲ ਦੇ ਸੋ ਜਦੋਂ ਪਾਕਿਸਤਾਨ ਨੂੰ ਆਏ ਹੋ? ਮੈਂ ਉਸ ਵੇਲੇ 14-15 ਸਾਲ ਦਾ। ਅੱਛਾ, 14-15 ਸਾਲ ਦੇ ਸੋ। ਪਾਕਿਸਤਾਨ ਮੈਂ ਮੰਗਿਆ ਸਾਂ। ਅੱਛਾ ਅੱਛਾ। ਮੰਗਿਆ ਸਾਂ ਤੇ ਜਦੋਂ ਛਿਆਟਾ ਸਾਹਿਬ ਆਏ ਨਾ ਉਧਰੋਂ ਬਾਰਡਰ ਬਾਰਡਰ ਤੋਂ, ਹਾਂਜੀ, ਤੇ ਸਾਡੀ ਮਾਂ ਸਾਡੇ ਬਾਪ ਨੂੰ ਆਂਦੀ ਸਰਦਾਰ ਜੀ ਉਹਨਾਂ ਦਾ ਪਤਾ ਕਰ ਲੋ, ਅਸਾਂ ਖੋਰੇ ਕਿੱਧਰ ਜਾਣਾ, ਕਿੱਧਰ ਜਾਣਾ, ਉੱਜੜ ਉੱਕਲ ਕੇ ਆਏ ਆ ਤੇ ਲੋਕ ਫੇਰੇ ਲੈ ਕੇ ਤੇ ਧੀਆਂ ਲੈ ਜਾਂਦੇ ਨੇ ਜੀ ਜੀ, ਤੇ ਲੋਕ ਆਪੋ ਆਪਣੇ ਪਾਰੇ ਲਾਂਦੇ ਨੇ ਤੇ ਉਹਨਾਂ ਦਾ ਪਤਾ ਕਰੋ, ਸਾਨੂੰ ਵੀ ਫੇਰੇ ਦੇ ਛੱਡ, ਅਸਾਂ ਖੋਰੇ ਕਿੱਧਰ ਨੂੰ ਜਾਣਾ। ਉਹਨਾਂ ਨੇ ਪਤਾ ਕੀਤਾ ਬਾਪ ਸਾਡੇ ਨੇ ਤੇ ਉਹਨਾਂ ਨੂੰ ਮਿਲਟਰੀ ਪਈ, ਸਾਰਾ ਪਿੰਡ ਇੱਕ ਬੱਚਾ ਇੱਡਾ ਵੀ ਨਾ ਨਿਕਲਿਆ। ਅੱਛਾ। ਸਾਰਾ ਪਿੰਡ ਹੀ ਫਣਾ ਨਾਸ ਕਰਦੇ ਮੁਸਲਮਾਨ ਹੀ ਮੁਸਲਮਾਨ, ਅਫਗਾਨਿਸਤਾਨ ਦੀ ਮਿਲਟਰੀ ਉਧਰੋਂ ਲਿਆਉਂਦੇ ਸਨ। ਤੇ ਉਹ ਵੀ ਪੁੱਛਾਂਗੇ ਬਾਪੂ ਜੀ, ਤੁਹਾਡਾ ਪਿੰਡ ਕਿਹੜਾ ਸੀ ਪਿੱਛੇ? ਪਿੱਛੇ ਲੁਧਿਆਣਾ ਬੜਾ ਚਾਹੁੰਦਾ। ਲੁਧਿਆਣਾ ਬੜਾ ਚਾਹੁੰਦਾ। ਹਾਂ, ਦੱਸਦਾ ਧਿਆਨ ਮੈਂ ਬੜਾ ਚਾਹੁੰਦਾ। ਅੱਛਾ ਅੱਛਾ। ਉਹਦੇ ਨਾਲ ਨਾਲ ਕਿਹੜੇ ਪਿੰਡ ਸਨ? ਇੱਕ ਦੋ ਪਿੰਡ ਨਾਲ ਨਾਲ ਗੁਜਰਾਖ ਗੋਂਦਰਾ ਵਾਲੇ ਬੜੇ ਪਿੰਡ ਸਨ। ਹੋਰ ਕਿੰਨਿਆਂ ਕੋਲ ਦਾ ਨਾਲ ਲਈ? ਨਹੀਂ ਨਹੀਂ, ਇੱਕ ਦੋ ਦੇ ਨਾਂ ਪੁੱਛਣੇ ਤੇ ਨਾਲ ਤਹਿਸੀਲ ਕਿਹੜੀ ਲੱਗਦੀ ਸੀ ਤੁਹਾਨੂੰ? ਹਾਂ, ਤਹਿਸੀਲ ਕਿਹੜੀ ਲੱਗਦੀ ਸੀ ਨਾਲ? ਤਹਿਸੀਲ ਕਿਹੜੀ? ਹਾਂਜੀ ਹਾਂਜੀ, ਤਹਿਸੀਲ ਵੀ ਗੁਜਰਾਲਾ, ਗੁਜਰਾਲਾ, ਜ਼ਿਲ੍ਹਾ ਵੀ ਗੁਜਰਾਲਾ, 3 ਮੀਲ ਤੇ ਸਾਰੇ ਪੰਥ ਸੀ ਸਾਡਾ ਪਿੰਡ। ਅੱਛਾ ਅੱਛਾ। ਜ਼ਿਲ੍ਹਾ ਵੀ ਗੁਜਰਾਲਾ ਸੀ? ਹਾਂ। ਠੀਕ ਠੀਕ। ਉੱਤੇ ਸੜਕ ਦੇ। ਅੱਛਾ ਅੱਛਾ। ਆ ਜਿਹੜੀ GT ਰੋਡ ਜਾਂਦੀ ਨਾ ਕਾਬਲ ਕੰਧਾਰ ਨੂੰ ਜੀ ਜੀ, ਅੱਗੇ ਉਦੋਂ ਅੱਗੇ ਸਾਡੇ ਪਠਾਨਾ ਦਾ ਲੱਗ ਜਾਂਦਾ ਸੀ ਮੁਲਕ, 5 ਨਦੀਆਂ ਸਨ। ਅੱਛਾ। ਸਾਡੇ ਤੋਂ ਅੱਗੇ 5 ਨਦੀਆਂ ਪਾਰ ਕਰਕੇ ਫੇਰ ਉਧਰ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲਵਾ ਖੱਤਰੀ ਸੀ, ਇਹ ਵੀ ਗੁਜਰਾਲੇ ਦਾ, ਗੁਜਰਾਲੇ ਦਾ ਮਹਾਰਾਜਾ ਰਣਜੀਤ ਸਿੰਘ ਵੀ ਗੁਜਰਾਲੇ ਦਾ, ਇਹਦੀ ਇੱਕ ਅੱਖ ਛੋਟੀ ਸੀ। ਅੱਛਾ ਅੱਛਾ। ਮਰਾਸੀ ਆਖਣ ਲੱਗੇ ਕਿਹੜਾ ਹੈ ਉਹ ਬਹਾਦਰ, ਮਹਾਰਾਜਾ ਰਣਜੀਤ ਸਿੰਘ ਨੂੰ ਖੁਸ਼ ਵੀ ਕਰੇ ਤੇ ਉਹਨੂੰ ਕਾਣਾ ਵੀ ਆਖੇ, ਕਾਣਾ ਵੀ ਆਖੇ। ਅੱਛਾ। ਉਹ ਆਖਣ ਲੱਗੇ ਸਾਰੇ, ਹੁਣ ਆਖਣ ਲੱਗੇ ਵੀ ਕਿਵੇਂ ਆਖੀਏ, ਮਹਾਰਾਜ ਬਾਦਸ਼ਾਹ ਸਾਡੇ ਇਲਾਕੇ ਦਾ ਸਿੱਖ ਹੈ, ਇਹਨੂੰ ਕੌਣ ਆਖੇ ਵੀ ਕਾਣਾ ਹੈ? ਅੱਛਾ, ਇਹਨੂੰ ਕਾਣਾ ਕਿਵੇਂ ਆਖੀਏ? ਉਹ ਆਂਦਾ ਫਿਰ ਤੁਸੀਂ ਨਹੀਂ ਆਂਦੇ ਤੇ ਜਜਮਾਨ ਮੈਂ ਆਨਾ ਵਾ, ਮਰਾਸੀ ਆਂਦਾ। ਅੱਛਾ ਅੱਛਾ। ਇੱਕ ਅੱਖ ਜਾ ਕੇ ਲੱਗਾ ਵਡਿਆਣ, ਇੱਕ ਅੱਖ ਸੁਲੱਖਣੀ, ਉਹ ਪਰਬਤ ਢਾਲੇ, ਉਹ ਨਿਉ ਨਿਉ ਕਰਨ ਸਲਾਮਾ, ਦੋ ਅੱਖੀ ਵਾਲੇ, ਦੋ ਅੱਖੀ ਵਾਲੇ, ਸਹੀ। ਉਹਨੇ ਬੱਲੇ 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 ਇਨਾਮ ਦਿੱਤਾ ਮਰਾਸੀ,
ਸਗੋਂ ਗੁੱਸਾ ਕਰਨ ਦੀ ਬਜਾਏ ਇਨਾਮ ਦਿੱਤਾ, ਇਨਾਮ ਦਿੱਤਾ ਵਡਿਆਇਆ ਨਾ ਭਈ ਇਹ ਤੇਰੀ ਇੱਕ ਅੱਖ ਵੀ ਏ ਤੇ ਵੱਡੇ ਵੱਡੇ ਦੂ ਅੱਖੀ ਵਾਲੇ ਤੈਨੂੰ ਸਲਾਮਾ ਕਰਦੇ ਨੇ, ਆ ਕੇ ਸਰੂਰ ਮਾਰਦੇ ਨੇ ਬਾਦਸ਼ਾਹ ਸਮਝ। ਬੜੀ ਵੱਡੀ ਗੱਲ ਕਰਤੀ ਉਹਨੇ, ਉਹਨੇ ਕੁਦਰਾਂ ਵਾਲੇ ਚ ਸ਼ੇਖਪੁਰੇ ਚ ਆ ਨਹਿਰਾਂ ਮਹਾਰਾਜਾ ਰਣਜੀਤ ਸਿੰਘ ਕੱਢੀਆਂ, ਪੰਜਾਂ ਪੰਜਾਂ ਕਿੱਲਿਆਂ ਦੇ ਖੂਹ ਲਵਾਇਆ ਸੀ ਭਈ ਹੁਣ ਸਿੱਖੋ, ਹੁਣ ਇਲਾਕੇ ਨੂੰ ਖੁਸ਼ ਕਰੋ, ਲੜਾਈਆਂ ਛੱਡੋ, ਕੋਈ ਮੁਸਲਮਾਨ ਸਾਡੇ ਵੱਲ ਮੂੰਹ ਨਹੀਂ ਕਰਦਾ। ਮਾਂ ਹਰੀ ਸਿੰਘ ਨਲਵੇ ਨੇ ਉਹ ਨਦੀਆਂ ਤੋਂ ਪਰਲੇ ਪਾਸੇ ਕਿਲਾ ਬਣਾਇਆ ਸੀ ਆਪਣਾ, ਕਿਲਾ ਬਣਾਇਆ ਤੇ ਉਹਦੇ ਵਿੱਚ ਆਪਣੀਆਂ ਫੌਜਾਂ ਰੱਖੀਆਂ। ਹਰੀ ਸਿੰਘ ਨਲਵੇ ਨੂੰ ਖੂੰਦਰ ਚ ਲੁਕ ਕੇ ਗੋਲੀ ਮਾਰੀ ਸਨ, 18 ਸਿਰ ਦਾ ਖੰਡਾ ਸੀ ਜਿਹੜਾ ਚਲਾਉਂਦਾ ਸੀ, ਤੇ ਉਹਨੂੰ ਵਕਤ ਨਾਲ ਆਖਣ ਲੱਗੇ ਮਾਂ ਬਾਦਸ਼ਾਹ ਤੇਰੀ ਕੋਈ ਗੱਲ ਹੈ। ਉਸ ਆਖਿਆ ਖੰਡਾ 18 ਸ਼ੇਰ ਦਾ ਜਦੋਂ ਮੈਨੂੰ ਲੰਬੂ ਲਾਉਣਾ ਜੇ ਨਾ ਉਹ ਮੇਰੇ ਨਾਲ ਟਿਕਾਉਣਾ, ਉਹ ਬਾ ਹਥਿਆਰੋ ਸੂਰਮਾ ਕੰਮ ਕਿਸੇ ਨਹੀਂ ਆਉਣਾ। ਇਹ 12 ਵੀ ਪੜ੍ਹਦੇ ਸਨ, ਹੁਣ 12 ਪੜ੍ਹਨੀਆਂ ਛੱਡ ਗਏ ਨੇ। ਸਹੀ ਗੱਲ, ਕਾਲ ਤਖਤ ਨੇ ਸਾਡੇ ਨੇ ਗੱਲ ਬਣਾਈ ਭਾਈ ਸਾਧ ਸੰਤ ਜਿਹੜੇ ਨੇ ਇਹਨਾਂ ਨੂੰ ਜਾਣਦਾ ਕੋਈ ਨੀ। ਅੱਗੇ ਪਹਿਲਾਂ ਵਿਰਲਾ ਪੰਡਿਤ ਜਿਹੜਾ ਬ੍ਰਹਮ ਗਿਆਨੀ ਸੰਤ ਸੀ ਨਾ ਪੰਡਿਤ, ਉਹ ਪਰਮਾਤਮਾ ਤੇ ਉਹਦੇ ਨਾਲ ਇੱਕੋ ਗੱਲ ਸੀ, ਉਹਦੀਆਂ ਮੰਨੀਆਂ ਤਾਂ ਨੀ। ਅਸੀਂ ਇੱਧਰ ਆ ਕੇ ਜੰਗਲ ਪੁੱਟੇ, ਆਵਾਜ਼ ਸਾਡੇ ਪਿੰਡ ਦਾ ਖੱਤਰੀ ਸੀ ਪ੍ਰੀਤਮ ਸਿੰਘ ਜੀ, ਜੀ ਕਰੋੜਾਂ ਪਾਤਰੀ ਸੀ, ਅਸਾਂ 100 ਤੋਂ ਉੱਤੇ ਪੰਜਾਂ ਪੰਜਾਂ 20 ਦੀਆਂ ਚਾਂਦੀ ਦੇ ਰੁਪਈਏ ਤੋਲੇ ਤੋਲੇ ਦਾ ਆਉਂਦਾ ਸੀ। ਹਾਂਜੀ ਹਾਂਜੀ, ਚਾਂਦੀ ਦਾ ਰੁਪਈਏ ਦੀਆਂ 20 ਦੀਆਂ ਢੇਰੀਆਂ ਲਾਉਂਦੇ ਸਨ ਆੜਤਲ ਕੋਲ ਜਾਣੇ ਨਾ ਫਸਲ ਲੈ ਕੇ। ਹਾਂਜੀ ਹਾਂਜੀ, ਤੇ 500 ਨਾ ਆਖਣਾ, 5 5 20 5 20 12 ਵੀਆਂ 13 ਵੀਆਂ 15 ਵੀਆਂ ਜੀ ਜੀ, ਫਿਰ ਅਸਾਂ ਇੱਥੇ ਆਪਣੀ ਸੰਭਾਲ ਵਿੱਚ ਕਰੋੜਾਂ ਵੀ ਮੈਂ ਵੇਖੇ ਨੇ, ਵਰਤੇ ਨੇ ਮੈਂ ਆਪਣੇ ਹੱਥੀ ਠੀਕ ਹੈ ਕਰੋੜਾਂ ਰੁਪਈਏ ਜੀ ਜੀ, 20 ਦੀ ਤੇ ਗੱਲ ਹੀ ਗਈ, 20 ਨੂੰ ਤਾਂ ਕੋਈ ਪੁੱਛਦਾ ਹੀ ਕੋਈ ਨਹੀਂ, ਹੁਣ ਕਦੀ ਹੋਈ ਹੈ 20 ਦੀ ਗੱਲ ਜਾਂ ਚਾਂਦੀ ਦੀ ਜਾਂ ਸੋਨੇ ਦੀ ਮਤਬਲੀ ਦੀ। ਬਾਪੂ ਜੀ ਜਿਹੜਾ ਤੁਹਾਡਾ ਘਰ ਸੀ ਇੱਥੇ ਲੱਦੇ ਵਾਲੇ ਵਡੈਚਾ ਚ, ਤੇ ਉਹ ਕਿਹੜੇ ਪਾਸੇ ਹੁੰਦਾ ਸੀ ਤੁਹਾਡਾ ਘਰ? ਉਹ ਸਾਡਾ ਘਰ ਪਹਿਲਾਂ ਦੇ ਪਿੰਡ ਦੇ ਵਿਚਕਾਰ ਹੁੰਦਾ ਸੀ। ਅੱਛਾ, ਜਿੱਥੇ ਘੋੜੇ ਵੱਜਦੇ ਹਨ ਉਹਨੂੰ ਤਬੇਲਾ ਆਉਂਦੇ ਸਨ। ਤਬੇਲਾ? ਤਬੇਲਾ, ਅੱਛਾ ਅੱਛਾ, ਵੇਲੀ ਨੂੰ ਤਬੇਲਾ ਆਖਣਾ। ਇੱਕ ਪਾਸੇ ਘੋੜੇ ਹੋਣੇ, ਘੋੜੀਆਂ ਤੇ ਘੋੜੇ, ਤੇ ਇੱਕ ਪਾਸੇ ਮੱਝੀ ਹੋਣੀਆਂ ਬੱਕਰੀਆਂ, ਵਿੱਚ ਵਿੱਚ ਕੰਧ ਸੀ ਉਹਦੇ ਮਾਲ ਡੰਗਰ ਰੱਖਿਆ ਸੀ। ਅੱਛਾ, ਇਹਦੇ ਲਾਂਦੇ ਪਾਸੇ ਬੈਠਕ ਸੀ ਗਲੀ ਨੂੰ ਗੁਰਦੁਆਰੇ ਨੂੰ ਜਿਹੜੀ ਸਿੱਧੀ ਵਿਚਕਾਰੋਂ ਪਿੰਡ ਤੇ ਜਾਂਦੀ। ਅੱਛਾ, ਉਹ ਫਿਰ ਗਲੀ ਲੰਘ ਕੇ ਉਹਦੇ ਲਾਂਦੇ ਪਾਸੇ ਗਲੀ ਨੂੰ ਇਧਰਲੇ ਪਾਸੇ ਲਾਂਦੇ ਪਾਸੇ ਬਾਹੀਆਂ ਛਤੀਰਾਂ ਤੇ ਬੈਠਕ ਛੱਤੀ ਸੀ ਕੱਚੀ, ਜਿਵੇਂ ਦਾ ਸਮੇਂ ਸਨ ਜੀ ਜੀ ਜੀ, ਉਹਦੇ ਵਿੱਚ ਮੰਜੇ ਡੱਠੇ ਆਏ ਗਏ ਵਾਸਤੇ ਭਾਵੇਂ ਕਿੰਨੇ ਆਉਣ ਆਪਣੇ ਆਪੇ, ਤੇ ਉੱਥੇ ਬੰਦਾ ਹੁੰਦਾ ਸੀ ਨੌਕਰ। ਅੱਛਾ, ਉਹ ਲਾਗੀ ਲਾਗੀ ਸਾਡੇ
ਜਾਂ ਨਾਈ ਹੋਣੇ ਜਾਂ ਪੈਂਚ ਹੋਣਾ, ਇੱਕ ਚਾਹ ਪਾਣੀ ਉਸ ਘਰ ਜਾ ਕੇ ਆਖਣਾ। ਉਦੋਂ ਚਾਹ ਨੀ ਸਨ ਪੀਂਦੇ, ਦੁੱਧ ਪੀਂਦੇ, ਚਾਹ ਨੀ ਚੱਲਦੀ ਸੀ, ਚਾਹ ਨੀ ਸਨ ਕੋਈ ਪੀਂਦਾ, ਦੁੱਧ ਕੋਈ ਵੇਚਦੇ ਹੀ ਕੋਈ ਨੀ। ਜਿਸੇ ਨੇ ਉਹ ਜਾ ਕੇ ਆਖਣਾ ਘਰ ਇੰਨੇ ਬੰਦਿਆਂ ਦੀਆਂ ਰੋਟੀਆਂ ਪੱਕਣ, ਉੱਥੇ ਬੈਠ ਕੇ ਚਾਏ ਤੇ ਉਹਨਾਂ ਦੀਆਂ ਰੋਟੀਆਂ ਪੱਕ ਕੇ ਤੂੰ ਉੱਥੇ ਜਾਣੀ, ਦੁੱਧ ਉੱਥੇ ਜਾਣਾ। ਜੇ ਕੱਚੀ ਲੱਸੀ ਦਾ ਵਕਤ ਹੋਣਾ ਤੇ ਕੱਚੀ ਲੱਸੀ ਮਿੱਠੀ ਕਰਕੇ ਉਹ ਉੱਥੇ ਕਲਨੀ, ਬਾਲਟੀ ਦੋਣੇ ਚ ਭਰ ਕੇ ਆਖਣਾ ਜਾ ਲੈ ਜਾ। ਉਹਦੇ ਨਾਲ ਭਾਂਡੇ ਲੈ ਜਾਣੇ ਦੇ ਨਾਲ ਜੱਗ ਲੈ ਜਾਣੇ, ਕਦੋਂ ਜੱਗ ਹੀ ਪਾ ਪਾ ਕੇ ਉਹ ਗਲਾਸਾਂ ਜਿਹੜੇ ਗਲਾਸ ਆ ਵੱਡੇ ਹੁੰਦੇ, ਉਹਨੂੰ ਕੜੀ ਵਾਲਾ, ਕੜੀ ਵਾਲਾ ਗਲਾਸ। ਹਾਂਜੀ ਬਾਪੂ ਜੀ, ਜਿਹੜਾ ਤੁਹਾਡਾ ਘਰ ਹੁੰਦਾ ਸੀ ਉਹ ਕੱਚਾ ਹੁੰਦਾ ਸੀ, ਪੱਕਾ ਹੁੰਦਾ ਸੀ ਉਸ ਟਾਈਮ? ਉਹ ਪੱਕੇ ਸਨ, ਉਹ ਪੱਕੇ ਬਣਾਏ, ਉਹ ਪੱਕੇ ਸਨ। ਉਹਦੇ ਉੱਤੇ ਚਵਾਰਾ ਸੀ, ਥੱਲੇ ਖੂਹੀ ਲੱਗੀ ਸੀ ਬੈਠ ਕੇ, ਪਿੰਡ ਆਪਣਾ ਘਰ ਦੇ ਵਿੱਚ ਖੂਹੀ ਲੱਗੀ, ਪਿੰਡ ਦੇ ਵਿੱਚ ਆ ਘਰ ਦੇ ਵਿੱਚ ਖੂਹੀ ਇਧਰਲੇ ਪਾਸੇ ਨਾਲ ਜੀ। ਉਹਨੂੰ ਹੱਥ ਨਾਲ ਬਾਲਟੀਆਂ ਕਰਦੇ, ਉਦੋਂ ਬਿਜਲੀ ਕੋਈ ਨੀ ਸੀ ਨਾ, ਤੇ ਹੱਥ ਨਾਲ ਕਰਨਾ ਤੇ ਇਧਰਲੇ ਪਾਸੇ ਟੂਟੀਆਂ ਚ ਪਾਉਣਾ ਤੇ ਬੀਬੀਆਂ ਧੀਆਂ ਭੈਣਾਂ ਆਏ ਗਏ, ਵੱਖਰੋ ਵੱਖਰੀ ਦੋ ਗੁਸਲ ਖਾਂਦੇ ਸਨ ਜੀ ਜੀ ਵਿੱਚ, ਟੂਟੀ ਇੱਕੋ ਹੀ ਸੀ, ਉਧਰ ਉਧਰ ਹੀ ਖੋਲਣੀਆਂ ਤੇ ਆਪਣਾ ਨਾਓ ਨਾਓ ਉੱਤੇ ਚਬਾਰਾ। ਅੱਛਾ ਅੱਛਾ, ਬਾਪੂ ਜੀ ਜੈਲਦਾਰ ਉੱਤੇ ਹੁੰਦੇ ਸਨ, ਇਧਰਲੇ ਪਾਸੇ ਨਾਲ ਸਾਡੇ ਮਕਾਨ ਸਨ। ਤੁਹਾਡੇ ਦਾਦਾ ਜੀ ਕੋਲ ਜੈਲਦਾਰੀ ਹੁੰਦੀ ਬਾਈ ਪਿੰਡਾਂ ਦੀਆਂ? ਹਾਂ ਠੀਕ ਠੀਕ, ਉਹ ਵੀ ਉਹਨਾਂ ਦੀ ਵੀ ਸੰਭਾਲ ਹੈ ਮੈਨੂੰ। ਉਦੋਂ ਪਿੱਛੇ ਫਿਰ ਮਾਂ ਜੈਲਦਾਰ ਨੇ ਸਾਡੀ ਪੜਦਾਦੀ ਪੂਰੀ ਹੋ ਗਈ, ਸਾਡੇ ਬਾਪ ਨੂੰ ਅੰਗਰੇਜ਼ ਤੇ ਅੰਗਰੇਜ਼ਣੀ ਨੇ ਮੇਮ ਉਹਨੂੰ ਆਉਂਦੇ ਸਨ ਜੀ ਜੀ, ਤੇ ਉਹਨਾਂ ਦੋਵਾਂ ਨੇ ਦੋ ਮੁਰੱਬੇ 50 ਕਿੱਲੇ ਪੈਰੀ ਦਿੱਤੀ, ਲਟਕਾਣਾ ਸਾਹਿਬ ਤੋਂ ਪੜਾ ਲੀਲਿਆਂ ਦਾ ਪਿੰਡ ਸੀ, ਠੀਕ ਹੈ, ਉੱਥੇ ਸਾਨੂੰ ਮੁਰੱਬੇ ਮਿਲੇ ਸੀ ਸਾਡੇ ਦਾਦਿਆਂ ਨੇ। ਨਵੀਆਂ ਨਵੀਆਂ ਉਦੋਂ ਨਹਿਰਾਂ ਬਣੀਆਂ, ਇੱਕ ਮੁਰੱਬਾ ਇਧਰਲੇ ਪਾਸੇ ਸੀ, ਇੱਕ ਮੁਰੱਬਾ ਇਧਰਲੇ ਪਾਸੇ ਖਾਲ ਤੇ ਬਿਜਲੀ ਲੈਣ ਤੇ ਖਾਲ ਲੰਘਦਾ, ਸਿੱਧਾ ਤੋੜ ਸਿੱਧਾ ਤੋੜ। ਗੁਰਦੁਆਰਾ ਹੁੰਦਾ ਸੀ ਉਹ ਪਿੰਡ ਦੇ ਵਿਚਕਾਰ ਬਣਿਆ ਸੀ, ਬੜਾ ਆਲੀਸ਼ਾਨ, ਦੋ ਮੰਜ਼ਿਲਾ ਪੱਕਾ, ਜਿਵੇਂ ਦਾ ਸਮਾਂ ਸੀ ਉਦੋਂ ਛਤੀਰਾਂ ਦੇ ਪਾਉਂਦੇ ਸਨ, ਠੀਕ ਹੈ, ਬਿਆਰ ਦੀ ਛਤੀਰੀਆਂ ਹੁੰਦੀਆਂ ਸਨ ਲੰਮੇ ਲੰਮੇ, ਤੇ ਉਹਨਾਂ ਨੇ ਪਾਣਾ ਥੱਲੇ ਵੀ ਤੇ ਉੱਤੇ ਵੀ, ਤੇ ਲੰਗਰ ਦਾ ਵੱਖਰਾ, ਪੱਕਣ ਦਾ ਵੱਖਰਾ ਥਾਂ, ਲੰਗਰ ਪਕਾਉਣ ਦਾ ਵੱਖਰਾ ਥਾਂ ਬਣਾਇਆ ਸੀ, ਉਂਝ ਉਂਝ ਪੱਕਾ ਆ ਫਰਸ਼ ਨੇ, ਪੱਥਰ ਨਹੀਂ ਸੀ ਉਦੋਂ ਲੱਭਦਾ, ਅੱਛਾ ਅੱਛਾ, ਮਤਲਬ ਕੱਚਾ ਸੀ ਉਹ ਥੱਲੇ ਹੇਠਾਂ, ਜੇ ਕਿਸੇ ਕਰਨਾ ਤੇ ਚੂਨੇ ਦੀ ਜ਼ਿਆਦਾ ਚਨਾਈ ਹੁੰਦੀ, ਚੂਨੇ ਦੀ ਚਨਾਈ ਹੁੰਦੀ, ਉਦੋਂ ਸੀਮਿੰਟ ਦੀ ਚੂਨੇ ਸੀ ਚਨਾਈ, ਚੂਨੇ ਦੀ ਬਾਲੀ ਬੜਾ ਪੱਕਾ ਚੂਨਾ ਹੁੰਦਾ, ਸੀਮਿੰਟਾਂ ਚੂਨਾ ਲਾ ਕੇ ਤੇ ਕੰਧਾ ਕੱਢਦੇ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਕਿੰਨੀ ਪੱਤੀਆਂ ਹੁੰਦੀਆਂ ਹਨ? ਆਪਣੇ ਪਿੰਡ ਹਾਂਜੀ, ਆਪਣੇ ਪਿੰਡ 'ਚ ਕਿੰਨੀ ਪੱਤੀਆਂ ਹੁੰਦੀਆਂ ਹਨ? ਪੱਤੀਆਂ ਪੁੱਤੀਆਂ ਕੋਈ ਸਨ ਉੱਥੇ ਵੱਖਰੇ ਮੁਸਲਮਾਨਾਂ ਤੇ ਆ ਸਿੱਖਾਂ ਦੇ। ਅੱਛਾ ਅੱਛਾ, ਜਿਹੜੀ ਸਾਡੇ ਵੱਲ ਦੀ ਗਲੀ ਸੀ ਉਹਦੇ ਵਿੱਚ ਕੋਈ ਮੁਸਲਮਾਨ ਨਹੀਂ ਸੀ, ਅੱਛਾ, ਜਿਹੜੀ ਉਹਨਾਂ ਦੀ ਗਲੀ ਸੀ ਉਹਦੇ ਵਿੱਚ ਕੋਈ ਸਿੱਖ
ਕੋਈ ਹਿੰਦੂ ਨਹੀਂ। ਅੱਛਾ ਅੱਛਾ ਅੱਛਾ। ਪੰਡਤਾਂ ਦੇ ਨਾਲ ਵੱਖਰੇ ਬਣੇ। ਠੀਕ ਹੈ ਜੀ। ਤੇ ਬਰਾਸੀਆਂ ਦੇ ਵੱਖਰੇ ਬਣਾਏ। ਫਿਰ ਸਾਡੇ ਪਿੰਡ ਸੈਯਦ ਸਨ, ਉਹਨਾਂ ਦੇ ਘਰ ਵੀ 15-16 ਸਨ। ਅੱਛਾ, ਉਹਨਾਂ ਦੇ 15-16 ਘਰ ਸਨ ਪਿੰਡ ਚ। 16 ਘਰ ਸਨ ਪਿੰਡ ਲੰਨ ਦੇ ਪਾਸੇ। ਅੱਛਾ ਅੱਛਾ। ਪਿੰਡ ਦੇ ਨਾਲ ਹੀ ਵਿੱਚੋਂ ਗਲੀਆਂ ਸਿੱਧੀਆਂ ਲੰਘਦੀਆਂ ਸਨ। ਜੀ ਜੀ। ਤੇ ਉਹਨਾਂ ਫਿਰ ਵੱਖਰਾ ਤੰਬੂ ਲਾਣਾ, ਜਿਵੇਂ ਅਸੀਂ ਗੁਰਪੁਰਬ ਤੇ ਮੰਨਦੇ ਹਾਂ ਨਾ ਦਸਵੇਂ ਪਾਤਸ਼ਾਹ ਦਾ, ਜਾਂ ਗੁਰੂ ਗੁਰੂ ਨਾਨਕ ਦਾ ਬਣਾਉਂਦੇ ਹਾਂ, ਉਵੇਂ ਉਹ ਪੀਰ ਉਹਨੂੰ ਬਣਾਉਂਦੇ ਸਨ ਆਪਣੇ ਘੋੜੇ ਤੇ ਉਹਦੀ ਸਵਾਰੀ ਅੰਜ ਬਣਾਉਣੀ, ਪੁਤਲਾ ਬੰਦਿਆਂ ਜਨਾਨੀਆਂ ਫਿਰ ਪਿੱਟਣਾ ਬੜਾ। ਅੱਛਾ। ਅੰਦਰ ਵੜ ਕੇ ਤੰਬੂ ਲੱਗੇ ਬੰਨੇ, ਉਹ ਨਹੀਂ ਸੀ ਕੋਈ ਵੇਲਦਾ। ਉਹ ਸੈਯਦ ਨਾ ਕੀ ਸੀ? ਸੈਯਦ ਦਾ ਜਿੱਥੇ ਲਹਿੰਦੇ ਪਾਸੇ ਹੁੰਦਾ ਸੀ, ਕੀ ਨਾਂ ਸੀ ਉਹਦਾ ਪੀਰ ਦਾ, ਨਾਂ ਯਾਦ ਹੈ ਤੁਹਾਨੂੰ? ਲੰਮੀ ਗੱਲ, ਬਹੁਤ ਲੰਮੀ, ਟਾਈਮ ਵੀ ਬੜਾ ਹੋ ਗਿਆ। ਤੇ ਹੁਣ ਚੇਤਾ ਭੁੱਲ ਜਾਏ, ਉਦੋਂ ਨਾਂ ਆਉਂਦੇ ਸਨ। ਚਲੋ ਕੋਈ ਗੱਲ ਨੀ, ਚਲੋ ਆ ਜਾਂਦਾ, ਉਹਨੇ ਹੁਣੇ ਆ ਜਾ ਆ ਜਾ ਤੇ ਹੁਣੇ ਆ ਜਾ। ਦਲੀਪ ਸਿੰਘ ਉਹ ਕੱਲਾ ਹੀ ਮਾਪਿਆਂ ਦਾ ਪੁੱਤਰ, ਸਾਡੀ ਭੂਆ ਛੋਟੀ ਸੀ, ਉਹਨੂੰ ਪਤਾ ਲੱਗਾ ਰੌਲਾ ਬੜਾ ਪੈ ਗਿਆ। ਸਾਡਾ ਪਿੰਡ ਕੁਝ ਨਾਲੇ ਪੱਕੀ ਸੜਕ ਦੇ ਉੱਤੇ ਸੀ, ਉਹ ਫਿਰ ਸਾਡੇ ਕੋਲ ਘੋੜੀ ਤੇ ਚੜ ਕੇ ਆਪਣੀ ਦੇ ਤੇ ਸਾਡੇ ਕੋਲ ਆਇਆ। ਸਾਡੇ ਬਾਪ ਨੂੰ ਲੱਗਾ ਆਖਣ, ਉਹ ਭਰਾ ਜੀ ਨਿੱਕੇ ਨਿੱਕੇ ਬੱਚੇ ਨੇ, ਚੱਲ ਉੱਠ ਉੱਥੇ ਸਾਡੇ ਕੋਲ ਚੱਲ ਆਈ, ਸੜਕੋਂ ਤੇ ਦੂਰ ਹੋ ਜਾਈਏ, ਆਉਂਦਿਆਂ ਸਾਰ ਤੇ ਨਾ ਅੱਗੇ ਗੋਲੀ ਦੇ ਹੋਈਏ। ਹਾਂਜੀ ਹਾਂਜੀ। ਪਹਿਲਾਂ ਕੀ ਪਤਾ ਕੀ ਬਣਨਾ ਕੀ ਅਜੇ, ਤੇ ਬੁਰਾ ਹਾਲ ਪਿਆ ਹੁੰਦਾ ਹੈ, ਨਾ ਹੋਇਆ ਤੇ ਫਿਰ ਉਸ ਆਖਿਆ ਮੁੰਡਿਆਂ ਨੂੰ ਤੇ ਸਾਨੂੰ ਦਿਓ। ਅੱਛਾ। ਅਸੀਂ ਫਿਰ 9 ਭਰਾ ਸਨ, ਚਾਚੇ ਤਾਏ ਦੇ, ਚਾਚੇ ਤਾਏ ਦੇ ਸਾਰੇ ਮਿਲਾ ਕੇ 9 ਭਰਾ, ਸਾਡੇ ਤਾਏ ਦੇ ਪੁੱਤਰ 5 ਸਨ। ਜੀ ਜੀ। ਅਸੀਂ ਦੋ ਦੇ ਦੋ ਦੋ ਸਨ, ਸਾਨੂੰ ਦੋਵਾਂ ਨੂੰ ਤੇ ਉਹਨਾਂ ਸਾਡੇ ਚਾਚੇ ਦਾ ਕੀ ਨਾਂ ਸੀ? ਸਾਡੇ ਚਾਚੇ ਦਾ ਅਮਰ ਸਿੰਘ। ਅਮਰ ਸਿੰਘ। ਅਮਰ ਸਿੰਘ। ਅੱਛਾ ਅੱਛਾ। ਤੇ ਤਾਇਆ ਜੀ? ਤਾਇਆ ਜੀ ਦਾ ਨਾਮ ਵੀਰ ਸਿੰਘ। ਵੀਰ ਸਿੰਘ। ਠੀਕ ਹੈ। ਉਹ ਵੱਡਾ ਸੀ, ਉਹ ਵੱਡਾ। ਸਾਡੇ ਬਾਪ ਜਿਹੜਾ ਸੀ ਉਹ ਜਗੀਰ ਸਿੰਘ। ਉਹ ਜਗੀਰ ਸਿੰਘ ਸੀ। ਉਹ ਵਿਚਲਾ ਸੀ। ਠੀਕ ਹੈ। ਵੱਡਾ ਤਾਂ ਤਾਇਆ ਵੀਰ ਸਿੰਘ, ਉਹਨੂੰ ਛੋਟਾ ਸਾਡਾ ਬਾਪ ਜਗੀਰ ਸਿੰਘ, ਉਹਨੂੰ ਛੋਟਾ ਅਮਰ ਸਿੰਘ। ਅਮਰ ਸਿੰਘ। ਠੀਕ। ਅਮਰ ਸਿੰਘ। ਠੀਕ। ਤੇ ਦੋ ਸਾਡੀਆਂ ਭੂਆ ਸਨ। ਅੱਛਾ ਅੱਛਾ। ਇੱਕ ਬਾਲੀ ਕੀ ਵਿਆਹੀ ਸੀ, ਇੱਕ ਟੱਲੇ ਵੇ, ਵੱਡੀ ਬਾਲੀ ਕੀ ਵਿਆਹੀ। ਅੱਛਾ। ਤੇ ਛੋਟੀ ਟੱਲੇ ਵਿਆਹੀ, ਇਹ ਮੱਲੀ ਸਨ ਟੱਲੇ। ਅੱਛਾ ਅੱਛਾ। ਇਹ ਮੱਲੀ, ਉਹ ਵਿਰਕ ਸਨ ਬਾਲੀ, ਉਹ ਬਾਲੀ ਕੇ ਵਿਰਕ ਹੋ ਗਏ, ਉਹ ਵਿਰਕ ਸਨ। ਤੇ ਬਾਪੂ ਜੀ ਉਹਨਾਂ ਨੇ ਫਿਰ ਤੁਹਾਨੂੰ ਆਖਿਆ ਵੀ ਬੱਚਿਆਂ ਨੂੰ ਸਾਨੂੰ ਦੇ ਦਿਓ, ਫਿਰ ਕੀ ਹੋਇਆ? ਸਾਨੂੰ ਨਾਲ ਲੈ ਗਿਆ ਉਹ। ਅੱਛਾ। ਉਹ ਨਾਲ ਲੈ ਗਿਆ। ਤੇ ਅਸੀਂ ਸਿਰਫ ਇੱਕੋ ਪਿੰਦਰ ਵੱਡਾ ਸਾਡਾ ਤਾਇਆ ਦਾ ਪੁੱਤਰ ਸੀ ਪਿੰਦਰ, ਉਹ ਸਾਡਾ ਸਾਰਿਆਂ ਤੋਂ ਵੱਡਾ ਸੀ, ਉਸ ਵੇਲੇ ਉਹ ਜਵਾਨ ਸੀ ਸਾਡੇ ਤੋਂ ਤੱਕ। ਜੀ ਜੀ। ਉਹ ਇਕੱਲਾ ਰਹਿ ਗਿਆ, ਦੂਜੇ ਅਸੀਂ 8 ਉਹਦੇ ਨਾਲ ਤੁਰ ਪਏ। ਪਿਓ ਸਾਡਾ ਤੇ ਢੱਲੇ ਟੁਰ ਗਏ, ਜਿਸ ਵੇਲੇ ਪਿਓ ਸਾਡਾ ਤੇ ਅੱਖ ਲਗਾ ਕਿਹੜਾ ਜੰਮਿਆ, ਕੋਈ ਅੰਜ ਅੱਖ ਕਰਕੇ ਤੇ ਵੇਖੇ, ਮੇਰੇ ਹੱਲ ਤੇ ਕੋਈ ਕਰ ਨਹੀਂ ਸਕਦਾ। ਜੀ ਜੀ। ਤੇ ਡਰਦੇ ਜ਼ਰੂਰ ਸਨ। ਅੱਜ ਵੀ ਜਿਹੜੇ ਪੁਰਾਣੇ ਸਨ ਨਾ ਬਜ਼ੁਰਗ, ਇੱਥੇ ਸਾਰਾ ਪਿੰਡ, ਸਾਰੇ ਪਿੰਡਾਂ ਦੇ ਮੋਟੇ ਮੋਟੇ ਬੰਦੇ
ਸਾਰੇ ਸਾਡੇ ਬਾਪ ਨੂੰ ਜਾਣਦੇ ਜਾਣਦੇ ਆਪਣਾ ਆਪਣਾ ਭੂਆ ਕੋਲ ਟੁਰ ਗਏ ਡੱਲੇ, ਫਿਰ ਕਿਵੇਂ ਨਿਕਲੇ ਫਿਰ ਉੱਥੋਂ? ਅਸੀਂ ਉੱਥੇ ਟੁਰ ਗਏ, ਜਿਸ ਵੇਲੇ ਉੱਥੇ ਟੁਰ ਗਏ ਤੇ ਲੋਹੜੇ ਨਾਲ ਹਾਂਜੀ ਹਾਂਜੀ ਬੱਕਰਾ ਬਣਿਆ, ਸਾਰਾ ਪਿੰਡ ਇਕੱਠਾ ਹੋਇਆ। ਅੱਛਾ, ਛੋਟਾ ਜਿਹਾ ਪਿੰਡ ਹੀ ਸੀ, ਕੋਈ ਬੜਾ ਵੱਡਾ ਪਿੰਡ ਨਹੀਂ। ਗੁਰਦੁਆਰੇ ਨਾਲ ਅੱਜ ਹਵੇਲੀ ਸਾਡੇ ਫੁੱਫੜ ਦੀ, ਉੱਥੇ ਘੋੜੀਆਂ ਦੇ ਉਹ ਆਏ ਦੋ ਬੰਦੇ, ਦਸ ਚਲੋ ਵਿੱਚੋਂ ਨਿਕਲ ਗਏ, ਸਾਰਾ ਉਹਨਾਂ ਮਿਲਟਰੀ ਪਈ ਤੇ ਜਿੰਨਾ ਕਾਫਲਾ ਸੀ ਸਾਰਾ ਮਾਰ ਦਿੱਤਾ। ਉਹ ਬਚੇ, ਉਹ ਸਾਡਾ ਫੁੱਫੜ ਉਹ ਘੋੜੀ ਲੈ ਕੇ ਤੇ ਉਹ ਭੱਜ ਭਜਾਲ ਗਿਆ ਕੋਲ। ਅੱਛਾ, ਉਹ ਵੀ ਫਿਰ ਵਿਚਾਰਾ ਮਰ ਗਿਆ, ਗੋਲੀ ਵੱਜੀ ਪਿੱਛੋਂ ਕਾਂਡੇ ਚ ਫੁੱਫੜ ਤੁਹਾਡਾ? ਹਾਂ ਫੁੱਫੜ ਉੱਥੇ ਮਰ ਗਿਆ, ਉਹ ਆਉਣ ਲੱਗਾ ਜਦੋਂ ਪਿਛਾਂ ਪਰਤਿਆ। ਅੱਛਾ, ਇਹ ਲੱਭੇ ਕੋਈ ਨਾ, ਇਹ ਉੱਥੇ ਹੀ ਸਨ ਕੋਈ ਨਾ ਕਾਬਲੇ, ਇਹ ਨਿਕਲ ਗਏ। ਬਾਪ ਸਾਡੇ ਨੂੰ 315 ਬੋਰ ਬਲੋਕ ਤੇ ਦਨਾਲੀ ਵੀ, ਅੱਛਾ, ਦੋਵੇਂ ਮੋਢਿਆਂ ਦੇ ਪੰਜ ਦੋਵੇਂ ਸਾਡੇ ਚਲਾਉਣ ਲੱਗਾ, ਦੋਵੇਂ ਹੀ ਨਾ ਚੱਲੀ। ਅੱਛਾ, ਦੋਵੇਂ ਨਾ ਚੱਲੀਆਂ? ਦੋਵੇਂ ਹੀ ਨਾ ਚੱਲੀਆਂ ਜਦੋਂ ਸਾਡੇ ਪਿੰਡ ਚ ਗੋਲੀ ਚੱਲਣ ਲੱਗੀ। ਜੀ ਜੀ, ਜਿਹੜੇ ਟਾਲੀ ਨੂੰ ਮਾਰ ਕੇ ਦੋਵੇਂ ਤਰੋੜ ਗਿਆ, ਖਲਗਾ ਸਾਡਾ ਵਕਤ ਆ ਗਿਆ। ਉਦੋਂ ਵਿੱਚ ਸਾਡੇ ਬਾਪ ਨੇ ਕਿਸੇ ਨੂੰ ਅੰਜ ਫਿਟੇ ਮੂੰਹ ਨਹੀਂ ਆਖਿਆ, ਉਸ ਆਖਿਆ ਵਕਤ ਸਾਡਾ ਪੈ ਗਿਆ। ਕੁਦਰਤ ਕੁਦਰਤ ਅੰਮ੍ਰਿਤਸਰ ਆਏ ਜਦੋਂ ਛਾਟਾ ਸਾਹਿਬ, ਜੀ ਜੀ, ਸਾਨੂੰ ਦੋ ਭਰਾ ਇੱਕ ਮੇਥੋਂ ਛੋਟਾ ਸੀ, ਸਾਨੂੰ ਬੁਖਾਰ ਚੜ ਗਿਆ। ਅੱਛਾ, ਪੈਸਾ ਕੋਲ ਕੋਈ ਨਹੀਂ ਸੀ, ਰੋਟੀਆਂ ਅੰਜ ਕਰਕੇ ਸੱਟਣ, ਅੱਜ ਹੱਥ ਪਾਉਣ ਇੰਨੀ ਕੋਈ ਰੋਟੀ ਮੇਰੇ ਹੱਥ ਆ ਗਈ, ਇੰਨੀ ਕੋਈ ਅੱਧੀ ਤੇਰੇ ਹੱਥ, ਤੂੰ ਅੱਧੀ ਲੈ ਗਿਆ। ਜਿਹਦੇ ਹੱਥ ਸਾਰੀ ਵੱਡਾ ਉੱਚੀ ਬਾਂਹ ਸੀ, ਉਹ ਸਾਰੀ ਰੋਟੀ ਆਈ ਤੇ ਸਾਰੀ ਪਾ। ਇੰਨੀ ਦੁਨੀਆਂ, ਹਿੰਦੂ ਵੀ ਕੀ ਤੇ ਸਿੱਖ ਕੀ, ਸਾਰੇ ਤੇ ਬਾਹਮਣ ਕੀ, ਸਾਰੇ ਪਾਕਿਸਤਾਨ ਜਦੋਂ ਆਏ ਤੇ ਉਦੋਂ ਇੰਨਾ ਇੰਨਾ ਅਸਲ ਕਿੱਥੇ ਫਸਲ ਅਨਾਜ ਲੱਭਦਾ ਸੀ। ਨਹੀਂ ਬਾਪੂ ਜੀ, ਔਖਾ ਵੇਲਾ ਤੇ ਬੜਾ ਸੀ ਜਦੋਂ ਤੁਸੀਂ ਘਰੋਂ ਨਿਕਲੇ ਹੈ, ਭਰੇ ਘਰ ਛੱਡ ਕੇ ਆਏ ਤੁਸੀਂ ਜਿਵੇਂ? ਅਸੀਂ ਉਹ ਭਰੇ ਜਦੋਂ ਗੋਲੀ ਚੱਲ ਗਈ ਤੇ ਫਿਰ ਉੱਥੇ ਮਰ ਸਾਡੀ ਮਾਂ ਨੂੰ ਆਈ, ਇੱਥੇ ਆ ਵੱਜਿਆ ਬਾਹਾਂ ਦਾਣਾ, ਸਾਡੀ ਮਾਂ ਨੂੰ ਵੱਜਿਆ, ਬਚ ਗਈ ਜਾਨੋ, ਬਾਹ ਨਾ ਟੁੱਟੇ, ਐਸ ਬਾਸ ਚੋਂ ਲੰਘ ਗਈ, ਹਰ ਭਰ ਦਾਣਾ ਲੰਘ ਗਿਆ। ਤੁਹਾਡੇ ਪਿੰਡ ਦੇ ਮੁਸਲਮਾਨਾਂ ਦੇ ਕੁਛ ਆਖਿਆ ਤੁਹਾਨੂੰ? ਨਾ, ਉਹ ਲੜਨ ਜੋਗੇ ਹੀ ਨਹੀਂ ਸਨ ਸਾਡੇ ਨਾਲ, ਸਾਡੇ ਬਾਪ ਤੋਂ ਡਰਦੇ ਸਨ। ਗੋਲੀ ਕਿੱਥੇ ਵੱਜੀ ਸੀ? ਪਿੰਡੋਂ ਜਦੋਂ ਨਿਕਲੇ ਉਦੋਂ ਵੱਜੀ ਗਈਆਂ? ਲਾ ਪਿੰਡ ਚੋਂ ਨਿਕਲੇ ਆ ਸਾ, ਅਸੀਂ ਵਿਦਿਆ ਹੋਏ ਤੇ ਮਿਲਟਰੀ ਪੈ ਗਈ। ਅੱਛਾ, ਮਿਲਟਰੀ ਪੈ ਗਈ ਸੀ ਅੱਗੋਂ? ਉਹਨਾਂ ਹੀ ਪੁਆਈ ਮਿਲਟਰੀ। ਪਿੰਡ ਦੇ ਮੁਸਲਮਾਨਾਂ ਤਾਂ ਨਹੀਂ ਕੁਛ ਆਖਿਆ ਤੁਹਾਨੂੰ? ਨਾ, ਪਿੰਡ ਦੇ ਮੁਸਲਮਾਨ। ਅੱਛਾ ਅੱਛਾ, ਉਹਨੇ ਜਦੋਂ ਉਹਨਾਂ ਨੂੰ ਮਿਲਟਰੀ ਨੂੰ ਦੱਸਿਆ ਤੇ ਉਹਨਾਂ ਦੇ ਨਾਲ ਹੋ ਗਿਆ ਤੇ ਖੱਚਰਾਂ ਖੋਤਿਆਂ ਤੇ ਪ੍ਰੀਤਮ ਸ਼ਾਹ ਦੀ ਖੱਤਰੀ ਦੇ ਸੋਨਾ ਲੱਦਿਆ, ਲੋਕਾਂ ਚਾਂਦੀ ਲੱਦੀ, ਜਿਹੜਾ ਗਹਿਣੇ ਪਾਇਆ। ਜੀ ਜੀ ਜੀ, ਉਸ ਵੇਲੇ ਦਿੱਲੀ ਬੈਂਕ ਸਨ, ਉਹਦੇ ਬੈਂਕਾਂ ਚ ਰੁਪਈਆ ਸੀ ਖੱਤਰੀ ਪ੍ਰੀਤਮ ਸਿੰਘ, ਪ੍ਰੀਤਮ ਸਿੰਘ ਦਾ ਬੜਾ ਪੋਚਦਾ ਸੀ, ਬੜੀ ਉੱਚੀ ਕੋਠੀ ਸੀ। ਜੀ ਜੀ, ਚਾਰ ਮੰਜ਼ਲੀ ਤਕੜਾ ਖੱਤਰੀ ਸੀ, ਬੜਾ ਵੱਡਾ। ਉਸ ਇਲਾਕੇ ਚ ਉਹ ਲੱਖਾਂ ਰੁਪਈਏ ਦਿੰਦਾ ਸੀ ਕਰਜ਼ਾ। ਅੱਛਾ ਅੱਛਾ, ਵੱਡਿਆਂ ਵੱਡਿਆਂ ਨੂੰ, ਨਹੀਂ ਤੇ ਕੋਈ ਲੱਖ ਰੁਪਈਆ ਕਦੀ ਸੁਣਿਆ ਹੀ ਨਹੀਂ ਸੀ, ਸੌ ਵੀ ਨਹੀਂ ਸੀ ਕਦੀ ਸੁਣਿਆ, ਵੀਹਾਂ ਸੁਣਦੇ, ਪੰਜ ਵੀਹਾਂ, ਚਾਰ ਵੀਹਾਂ, ਤ੍ਰੈ ਵੀਹਾਂ, ਵੀਹ ਵੀਹਾਂ, ਜੇ 200 ਹੋਣਾ ਤੇ 10 ਵੀਹਾਂ ਆਖਣਾ,
ਤਰੇ ਸੌ ਹੋਣਾ 15-20 ਠੀਕ ਠੀਕ ਢੇਰੀਆਂ ਲੱਗੀਆਂ ਹੋਣੀਆਂ 20-20 ਰੁਪਈਆ ਜੀ ਜੀ ਚਾਂਦੀ ਦੇ ਉਹ ਨਾਰਤੀਆਂ ਤਰੇ ਆ। ਬਾਪੂ ਜੀ ਆਪਣਾ ਜੋ ਤੁਸੀਂ ਰਸਤੇ ਚ ਆਪਣਾ ਕੋਈ ਸ਼ਹੀਦ ਨਹੀਂ ਹੋਇਆ ਕੋਈ ਘਰ ਦਾ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਹੋਇਆ? ਵਿੱਚ ਬੜੇ ਸਾਡੇ ਅੱਧਾ ਪਿੰਡ ਮਰ ਗਿਆ ਗੇ ਤੇ ਖੋ ਕੇ ਲੈ ਗਏ ਉਹ ਖੱਚਰਾਂ ਲੱਦੀਆਂ ਲਈ ਲੈ ਗਏ ਭਰ ਕੇ ਉਸ ਵੇਲੇ ਪੀਆਂ ਘੁਮਿਆਰਾਂ ਮੋੜ ਦਿੱਤੀਆਂ ਮੁਸਲਮਾਨ ਘੁਮਿਆਰ ਸਨ ਜੀ ਜੀ। ਚਲੋ ਇਸ ਵਕਤ ਸਮੇਂ ਦੀ ਗੱਲ ਸੀ ਜਿਵੇਂ ਕੁਦਰਤ ਦਾਤੇ ਦੇ ਦਾਤਾ ਜਾਣੇ ਅਸੀਂ ਤੇ ਢੱਲੇ ਸਾਂ ਢੱਲਿਆ ਫਿਰ ਫੁੱਫੜ ਸਾਡਾ ਨੇ ਪਿੱਛਾ ਪਤਾ ਲੈਣ ਤੁਰ ਗਿਆ ਘੋੜੀ ਭਜਾ ਕੇ ਅਸੀਂ ਫਿਰ ਸਾਰਾ ਪਿੰਡ ਨਿਕਲ ਗਿਆ ਅਸੀਂ ਫਿਰ ਨਾਲ ਸਾਰਾ ਪਿੰਡ ਥੋੜੇ ਜਿਹੇ ਉਹ ਜਿਹੜੇ ਕੱਪੜੇ ਕੁਪੜੇ ਸਨ ਉਹ ਚੁੱਕੇ ਜੀ ਜੀ ਤੇ ਇਹ ਅੱਖ ਦੋ ਮਾਵਾਂ ਸਨ ਸਾਡੇ ਫੁੱਫੜ ਦੀ ਦੋ ਮਾਵਾਂ ਚ ਇੱਕ ਪੁੱਤਰ ਹੋਇਆ ਠੀਕ ਠੀਕ ਜੀ ਘੱਟ ਸਾਲ ਇਹਨਾਂ ਤੇ ਜਵਾਨ ਬੜਾ ਸੀ। ਤੇ ਬਾਪੂ ਜੀ ਫਿਰ ਤੁਸੀਂ ਆਪਣਾ ਪਾਕਿਸਤਾਨ ਫਿਰ ਕਿਵੇਂ ਆਏ ਤੁਸੀਂ ਕੈਂਪਾਂ ਚੋਂ? ਉਹ ਤੁਹਾਨੂੰ ਦੱਸਿਆ ਉਹਦੇ ਨਾਲ ਜੋ ਆ ਗਏ ਅਸੀਂ ਫਿਰ ਉਹ ਤੁਰਦੇ ਤੁਰਦੇ ਹੌਲੀ ਹੌਲੀ ਮੀਂਹ ਵਸੇ ਤੇ ਇੰਨਾ ਇੰਨਾ ਪਾਣੀ ਪਾਣੀ ਹੋ ਗਿਆ ਰਾਜ ਤੁਰੀਏ ਨਾ ਨਾਰਾਂ ਦੀ ਪਟੜੀਆਂ ਤੇ ਉੱਥੇ ਮਿਲਟਰੀ ਬੈਠੀ ਹੁੰਦੀ ਸੀ ਪੁਲਾਂ ਤੇ ਤੇ ਉਹ ਗੋਲੀਆਂ ਮਾਰ ਕੇ ਮਾਰ ਦਿੰਦੀ ਸੀ ਸਿੱਖਾਂ ਫਿਰ ਲੁਕ ਕੇ ਪੈਲੀਆਂ ਚੋਂ ਜਾਣਾ ਪੈਲੀਆਂ ਚੋਂ ਲੰਘਣਾ ਤੇ ਅਸੀਂ ਫਿਰ ਵਰਨੀ ਗਏ ਵਰਨੀ ਵਰਨ ਜਿਹੜੇ ਸਨ ਇਹ ਇੱਕੋ ਪਿੰਡ ਹੀ ਸੀ ਵਰਨ ਇਹ ਬੇਪਰਵਾਹੀ ਹੈ ਅੱਜ ਵੀ ਜਿਹੜਾ ਕੁਦਰਤੀ ਤੇ ਚਲੋ ਇਹਨਾਂ ਨੂੰ ਅੱਗੇ ਸਾਡੇ ਨਾਨਕੇ ਸਨ ਕਾਲੋ ਕੀ ਇਹ ਨਾਨਕੇ ਸਨ ਸਾਡਾ ਨਾਨਕਾ ਜਿਹੜੇ ਨਾਨਕੇ ਜਿਹੜੇ ਸਨ ਸਾਡੇ ਪੜਨਾਨੇ ਤੋਂ ਜਿਹੜਾ ਛੋਟਾ ਸੀ ਉਹ ਜੈਲਦਾਰ ਸੀ ਵਿਸਾਖਾ ਸਿੰਘ ਉਹਦਾ ਨਾਮ ਵਿਸਾਖਾ ਸੀ ਤੇ ਸਾਡਾ ਪੜਦਾਦਾ ਉਦੋਂ ਪਹਿਲਾਂ ਮਰ ਗਿਆ ਉਹਦਾ ਹੁਣ ਮੈਨੂੰ ਨਾਂ ਉਹਦਾ ਭੁੱਲ ਗਿਆ ਬੜੇ ਜਵਾਨ ਸਨ ਬਾਲਟੀਆਂ ਨਾਲ ਦੁੱਧ ਪੀਣਾ ਮੱਝੀ ਗਾਈ ਉਦੋਂ ਆਖਣਾ ਦੁੱਧ ਦੇ ਪੁੱਤਰ ਵੀ ਕਿਸੇ ਵੇਚਿਆ ਉਹ ਜੱਟ ਕਾਹਦਾ ਉਹ ਬੰਦਾ ਕਾਹਦਾ ਜਿਹੜਾ ਦੁੱਧ ਗੁੱਜਰ ਦੁੱਧ ਵੇਚਦੇ ਸਨ ਸਾਡੇ ਕੋਲ ਕੁਜਰਾਂ ਵਾਲੇ ਲਿਜਾ ਕੇ ਉਦੋਂ ਦੋ ਆਨੇ ਆਨੇ ਦੋ ਆਨੇ ਕਿਲੋ ਸ਼ੇਰ ਹੁੰਦਾ ਸ਼ੇਰਾਂ ਦਾ ਭਾਂਡੇ ਬਣੇ ਦੋਣੇ ਹੁੰਦੇ ਸਨ ਅੱਗੇ ਉਹ ਭਰ ਕੇ ਰੇੜੀਆਂ ਬਣਾਈਆਂ ਪੱਕਾ ਸੜਕ ਸਨ ਤੇ ਕੁਜਰਾਂ ਵਾਲੇ ਲੈ ਜਾਣਾ ਤੇ ਸਾਡੇ ਕੋਲ ਆ ਕੇ ਬਾਕਾਂ ਮਾਰੀਆਂ ਪੈ ਰਹੀਆਂ ਗਰਮੀਆਂ ਚ ਮਾਲ ਮੱਝੀ ਲੈ ਆਉਣੀ ਪਤਾ ਲੱਗਾ ਮੈਨੂੰ ਮੈਂ ਆਪਣੇ ਤਾਏ ਦੇ ਪੁੱਤਰ ਨੂੰ ਮੇਥੋਂ ਥੋੜਾ ਜਿਹਾ ਵੱਡਾ ਸੀ ਉਹਦਾ ਨਾਂ ਜਰਮੇਸ਼ ਸਿੰਘ ਸੀ ਵੱਡੇ ਪਿੰਦਰ ਤੋਂ ਛੋਟਾ ਉਦੋਂ ਉਹ 7ਵੀਂ ਚ ਪੜ੍ਹਦਾ ਸੀ ਜਿਸਨੇ ਮੈਂ ਇਹਨੂੰ ਆਖਿਆ ਮੈਂ ਕਿਹਾ ਭਰਾ ਇੱਥੇ ਮੇਰੇ ਨਾਨਕੇ ਨੇ ਤੇ ਆਪਾਂ ਨੂੰ 2 ਦਿਨ ਹੋ ਗਏ ਨੇ ਇੱਥੇ ਬੈਠਿਆਂ ਨੂੰ ਲੰਗਰ ਛਕ ਰਹੇ ਹਾਂ ਤੇ ਜੀ ਨਹੀਂ ਕਰਦਾ ਕੋਈ ਜੀ ਵੇਖੀਏ ਤੇ ਮਿਲੀਏ ਜਿੱਥੇ ਉਹ ਰਹਿਣਗੇ ਸਾਨੂੰ ਰੱਖਣਗੇ ਅਸੀਂ ਦੋਵੇਂ ਟੁਰ ਪਏ ਉੱਥੋਂ ਗਏ ਜਿਹੜੇ
ਗਏ ਆਪਣੇ ਨਾਨਕਿਆਂ ਦੇ ਘਰ, ਅੱਗੋ ਜੁਲਾਈ ਸਨ ਨਾਲ ਮੁਸਲਮਾਨ, ਉਹ ਜੁਲਾਈ ਭੱਜੀ ਆਈ ਵੇ ਵੀਰ ਇੱਥੇ ਨਾ ਰਵੋ, ਸਾਰੇ ਟੁਰ ਗਏ ਨੇ ਪੈਲੀਆਂ ਨੂੰ ਤੇ ਵਾੜੇ ਆਉਂਦੇ ਸਨ ਮੱਝੀ ਜਿੱਥੇ ਮਾਲ ਹੁੰਦਾ ਸੁਬਹਾ ਸੀ, ਅਸੀਂ ਉਰੇ 5 ਕਿੱਲੇ ਪੰਧ ਭੱਜ ਕੇ ਲੰਘੇ ਤੇ ਉਹ ਅੱਗੋ ਸੂਏ ਚੜੇ, ਅੱਗੋ ਜਾਂਦਿਆਂ ਨੂੰ ਮਾਮੇ ਹਰੀ ਮਿਲ ਪਏ, ਘੋੜੀਆਂ ਨੇ ਪੁੱਛਿਆ 4 ਘੋੜੀਆਂ ਤੇ 4 ਬੰਦੇ ਫਿਰ ਬਲਮਾ ਤੇ ਕੁਰਬਾਨਾ ਲੈ ਕੇ ਫਿਰ ਗਏ, ਫਿਰ ਉੱਥੋਂ ਲਿਆਏ ਫਿਰ ਇਹਨਾਂ ਸਾਰਿਆਂ ਉਹਨਾਂ ਨੂੰ ਸਾਡੇ ਜਿਹੜੀ ਭੂਆ ਸੀ ਉਹਦਾ ਬੱਚੇ ਉਹ ਬਾਲੀਗੀ ਟੁਰ ਗਏ, ਬਾਲੀਗੀ ਟੁਰ ਗਏ, ਅਸੀਂ ਆਪਣੇ ਨਾਨਕੇ ਰਹਿ ਜਿਹੜੇ ਸਾਡੇ ਤਾਏ ਦੇ ਪੁੱਤਰ ਸਨ ਉਹ ਵੀ ਆਪਣੇ ਨਾਨਕੇ ਬਾਲੀਗੀ ਟੁਰ ਗਏ ਤੇ ਬਾਲੀਗੀ ਉੱਥੋਂ ਸੱਚੇ ਸੌਦਿਓ ਨੇੜੇ ਸੀ ਤੇ ਸੱਚੇ ਸੌਦਿਓ ਅਸੀਂ ਨੇੜੇ ਸਨ, ਅਸੀਂ ਵੀ ਸ਼ਾਮ ਨੂੰ ਅਗਲੇ ਦਿਨ ਸ਼ਾਮ ਨੂੰ ਸੱਚੇ ਸੌਦੇ ਤੇ ਉਹ ਵੀ ਸ਼ਾਮ ਨੂੰ ਸੱਚੇ ਸੌਦੇ, ਫਿਰ ਆਪੋ ਬੜੀ ਥਾਂ ਖੁੱਲੀ ਸੀ ਸੱਚੇ ਸੌਦੇ, ਗੁਰਦੁਆਰੇ ਦੀ ਰੜੀ ਬੜੀ ਭਾਵੇਂ ਕਿੰਨੇ ਕਈ ਪਿੰਡ ਵਸ ਜਾਂਦੇ ਸੀ, ਕਿਉਂ ਜਾਇਦਾ ਤਾਂ ਬੜੀ ਦਿੱਤੀ ਸੀ ਲੋਕਾਂ ਨੇ ਨਾ ਕਰਾਈ ਸੀ ਗੁਰਦੁਆਰੇ ਤੇ ਸੱਚੇ ਸੌਦੇ ਕਿੰਨਾ ਟਾਈਮ ਰਹੇ ਬਾਪੂ ਜੀ, ਸੱਚੇ ਸੌਦੇ ਕਿੰਨਾ ਟਾਈਮ ਰਹੇ ਸੋ? ਸੱਚੇ ਸੌਦੇ ਤੇ ਅਸੀਂ ਰਹਿ ਸਾਂ ਕੋਈ 4 ਮਹੀਨੇ। ਅੱਛਾ 4 ਮਹੀਨੇ ਉੱਥੇ ਰਹੇ। ਕੋਈ ਗੱਡੀਆਂ ਜਦੋਂ ਜਾਂਦੀਆਂ ਬੱਸਾਂ, ਇੱਕ ਗੱਡੀ ਇਧਰੋਂ ਆਈ ਜਿਹੜੇ ਆਈ ਤੇ ਭੱਜ ਕੇ ਨਾ ਲੋਕ ਗਏ ਉਹਨਾਂ ਮੱਠੀ ਕਰਦੇ ਸੀ, ਉਹ ਮੁਸਲਮਾਨੀ ਮਿਲਟਰੀ ਦੀ ਉਹਨਾਂ ਮਸ਼ੀਨ ਗੰਨਾ ਬੀੜੀਆਂ, ਉਹਨਾਂ ਫਿਰ ਖੋਲ ਦਿੱਤੀ ਗੰਨਾ, ਬੜੇ ਮਰੇ, ਬੜਾ ਨੁਕਸਾਨ ਹੋਇਆ, ਬੜੇ ਮਰੇ ਬੁਰੇ, ਇੱਕ ਗੱਡੇ ਦੇ 5-5 ਲੋਥਾਂ ਪਾ ਕੇ ਸਾੜੀਆਂ ਤੇ ਪਰਾਂ ਸੇਮ ਨਾਲੀਆਂ ਚ ਕਾਲੇ ਕਰ ਕਰ ਸੁੱਟੇ ਲੋਕਾਂ ਨੇ, ਫੜਦੇ ਕਿਤੇ ਤਾਂ ਬਾਲਣ ਹੀ ਕੋਈ ਨੀ ਸੀ ਲੱਭਦਾ, ਇੰਨਾ ਰੋਟੀਆਂ ਪਕਾਉਣ ਨੂੰ ਨਹੀਂ ਸੀ, ਇੰਨਾ ਇਕੱਠਿਆਂ ਹੋ ਗਏ ਬਾਲਣ ਲੱਭਦਾ, ਬੜਾ ਜ਼ੁਲਮ ਹੋਇਆ ਬਾਪੂ ਜੀ ਉਸ ਟਾਈਮ, ਬੜਾ ਬੜਾ ਜ਼ੁਲਮ ਤੇ ਸਾਰੀ ਥਾਂ ਪਹਿਲੇ ਹੀ ਹੁੰਦਾ ਸੀ ਤੇ ਉਹਦੇ ਜਿਹੜਾ ਉਧਰੋਂ ਇਧਰ ਕਾਫਲਾ ਫਿਰ ਟੁਰਿਆ, ਫਿਰ ਜਿਹੜੇ ਮੱਝੀ ਗਾਈ ਲੈ ਨੇੜੇ ਨੇੜੇ ਪਿੰਡ ਸਨ ਉਹਨਾਂ ਕਾਫਲਾ ਬਣਾ ਕੇ, ਅਸੀਂ ਕੋਈ ਸਾਡੇ ਕੋਲ ਕੋਈ ਸ਼ੈ ਵੀ ਨੀ, ਪੈਰੀ ਜੁੱਤੀ ਵੀ ਨੀ, ਸਿਰ ਤੇ ਪੱਗ ਨਹੀਂ ਸੀ, ਲੱਕ ਦੀਆਂ ਵੀ ਡਿੱਗ ਪਈਆਂ, ਕੁਛ ਹੋਇਆ ਵੀ ਨੀ, ਪੈਸਾ ਕਿੱਥੇ ਲੈ, ਇਹ ਫਿਰ ਨਾਨਕੇ ਸਾਨੂੰ ਦਿੱਤਾ, ਸਾਡੇ ਬਾਪ ਨੂੰ 200 ਰੁਪਈਆ ਦਿੱਤਾ ਉਹਨੇ, ਸਾਡੀ ਨਾਨੀ ਨੇ ਲਓ ਸਰਦਾਰ ਜੀ ਆ ਵਡਾਈ ਸਾਹਿਬ ਬੋਝੇ ਚ ਪਾ ਲਓ, ਉਹ ਵੇਲਾ ਹੁੰਦਾ ਸੀ ਜਦੋਂ ਤੇਰੇ ਕੋਲ 500-500 ਬੋਝੇ ਚ ਹੁੰਦਾ ਸੀ ਤੇ ਅੱਜ ਤੇਰੇ ਤੋਂ ਖਾਲੀ ਕੱਪੜੇ ਲੈ, ਰਾਤੀ ਸੁੱਤੇ ਉਹ ਕਮੀਜ਼ ਲਾ ਕੇ ਸਰਾਣੇ ਧਰੇ, ਉਹ ਕਮੀਜ਼ ਚੁੱਕ ਸਾਰੇ ਕਮੀਜ਼ ਹੀ ਦੋ ਪਰਤ ਕੇ ਨਾ ਫਿਰ ਲਿਆ ਤੇ ਬੁਰਾ ਹਾਲ ਹੋਇਆ। ਸਾਨੂੰ ਕੋਈ ਅੱਜ ਆਖੇ ਭਰੇ ਘਰ ਛੱਡ ਕੇ ਬਾਹਰ ਨਿਕਲੋ, ਸਾਨੂੰ ਕਿਹੋ ਜਿਹਾ ਲੱਗਾ ਕਿੱਥੇ ਧੱਕੇ ਖਾ ਕੇ ਆਣੇ ਆ? 100-100 ਮੱਝ ਚੰਗੇ ਜਿਹੜੇ ਜ਼ਿਮੀਦਾਰ ਜਿਹਨਾਂ ਕੋਲ 20-25-30 ਮੱਝੀ ਕਿੱਲੇ ਪੈਲੀ ਸੀ ਨਾ, ਹਾਂਜੀ ਉਹਨਾਂ ਕੋਲ 100-100 ਮੱਝ ਸੀ। ਅੱਛਾ, ਆ ਜਿਹੜੇ ਕੋਟੀਏ ਸਨ ਨਾ ਉਹ ਅਗਾਂਹ ਸੋਂਦੇ ਵਾਲੀ ਹੈ, ਉਹ ਅਗਾਂਹ ਟੁਰ ਗਏ ਜਾਂ ਹਾਬੜੀ ਹੈਣ ਕੋਟੀਆਂ ਦੇ ਘਰ, ਕੋਟੀਆਂ ਦੇ ਘਰ ਇਹਨਾਂ ਕੋਲ 200-200 ਕਿੱਲਾ ਪੈਲੀ,
ਇਹ ਫਿਰ ਸਾਰੇ ਕੋਈ ਮਰ ਗਏ ਨੇ, ਕੋਈ ਤੁਰ ਗਏ ਨੇ, ਖੋਰੇ ਕਿਧਰ ਕਿਧਰ ਗਏ ਅਲਾਟਾਂ ਮਿੰਟਾਂ। ਤੇ ਬਾਪੂ ਜੀ ਆਪਣਾ ਤਾਂ ਨੀ ਕੋਈ ਸ਼ਹੀਦ ਹੋਇਆ ਜਦੋਂ ਸੱਚੇ ਸੌਦੇ ਤੁਸੀਂ ਆਪਣਾ ਗੱਡੀਆਂ ਤੇ ਜਦੋਂ ਆਉਣ ਲੱਗੇ ਸੋ? ਸਾਡਾ ਕੋਈ ਨੀ ਸੀ, ਆਪਣਾ ਸਹੀ ਸਲਾਮਤ ਭੱਜ ਭੱਜ ਲੋਕਲ ਅੱਗ ਤੇ ਫਸਲਾਂ ਚ ਵੜ ਗਏ ਤੇ ਸ਼ਹੀਦ ਕੋਈ ਨਾ ਹੋਇਆ, ਸਹੀ ਸਲਾਮਤ ਆਏ ਜੀ ਆਪਣੇ। ਹਾਂ ਠੀਕ ਜੀ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਸਕੂਲ ਵੀ ਹੁੰਦਾ ਸੀ? ਸਕੂਲ ਹੁੰਦਾ ਸੀ ਆਪਣੇ ਪਿੰਡ ਵਿੱਚ ਲੱਦੜਵੇਲੇ ਦੇ? ਚਾਰ ਜਮਾਤਾਂ ਦਾ ਸਕੂਲ। ਤੁਸੀਂ ਪੜ੍ਹੇ ਉੱਥੇ ਕਿ ਨਹੀਂ ਪੜ੍ਹੇ? ਮੈਂ ਦੂਜੀ ਲੱਗਾ ਸਾਂ, ਦੂਜੀ ਚ ਪੜ੍ਹਦਾ, ਉਰਦੂ ਦੀ ਪੜ੍ਹਾਈ ਸੀ ਉਹ। ਅੱਛਾ ਅੱਛਾ। ਮੁਸਲਮਾਨੀ ਸੀ, ਉਰਦੂ ਦੀ ਪੜ੍ਹਾਈ ਜੀ ਜੀ। ਇਹ ਉਰਦੂ ਦੀ ਪੜ੍ਹਾਈ ਸੀ ਤੇ ਸਾਡਾ ਬਾਪ ਗਿਆ ਨਾਲ ਹੀ ਇੰਜ ਕਰਕੇ ਚੜ੍ਹਦੇ ਪਾਸੇ ਸਕੂਲ ਸੀ, ਦੋ ਕਿੱਲੇ ਪੰਜ ਬਾਰ ਬਾਰ। ਉਹ ਮੇਰਾ ਵਿੱਚ ਰਹਿ ਗਈ ਨਾ ਗੱਲ, ਸਾਡਾ ਦਾਦ ਪੜਦਾਦਾ ਆਖਣ ਲੱਗਾ ਬਾਪੂ ਜੈਲਦਾਰ ਪੁੱਤਰੋ ਦੋ ਵਿਆਹ ਨੇ, ਤੁਹਾਡੇ ਚਾਚੇ ਨਿੱਕੇ ਨੇ ਤੇ ਬਾਪ ਤੁਹਾਡਾ ਵੱਡਾ ਸੀ, ਤੁਸੀਂ ਤੁਹਾਡੇ ਕੋਲ ਦੋ ਮੁਰੱਬੇ ਜਿਹੜੀ ਉਹ ਤੁਹਾਡੀ ਏ, ਠੀਕ ਹੈ, ਜਿਹੜੀ ਲੱਦੇ ਵਾਲੇ ਦੀ ਏ ਉਹ ਤੁਹਾਂ ਤ੍ਰੀਜਾ ਹਿੱਸਾ ਲੈਣ। ਅੱਛਾ ਅੱਛਾ। ਤੇ ਮੇਰੇ ਸਾਹਮਣੇ ਇਹ ਮੇਰੀ ਅੱਖੀ ਚ ਇਹ ਵੱਖਰੇ ਹੋਏ ਨੇ, ਇਹਨਾਂ ਫਿਰ ਤ੍ਰੀਜਾ ਹਿੱਸਾ ਲਿਆ ਸਾਡੇ ਬਾਪ। ਠੀਕ ਠੀਕ। ਤੇ ਪਹਿਲੀ ਬੜੀ ਸੀ, ਪਹਿਲੀ ਤੇ ਉਹ ਸਾਰਿਆਂ ਦੀ ਬੜੀ ਸੀ, ਉੱਥੇ ਜ਼ਮੀਨਾਂ ਬਹੁਤ ਸਨ, ਬਿਰਲੇ ਕਿਸੇ ਘਰ ਦੀਆਂ ਨਹੀਂ ਸਨ। ਤੇ ਬੜਾ ਬੁਰਾ ਹਾਲ, ਤੇ ਬਾਪੂ ਜੈਲਦਾਰ ਦਾ ਤੇ ਬੜਾ ਵੱਜ ਸੀ, ਨਾ ਚੱਲਦਾ ਸੀ, 12 ਪਿੰਡਾਂ ਦੇ ਜੈਲਦਾਰ ਸਨ, ਸ਼ਪੈਦਪੁਰ ਸੀ ਵੀ ਸਾਡੇ ਕੋਲ ਸੀ, ਲੰਬੜਦਾਰੀ ਵੀ ਸਾਡੇ ਕੋਲ, ਲੰਬੜਦਾਰੀ ਵੀ ਆਪਣੇ ਕੋਲ ਸੀ, ਲੰਬੜਦਾਰੀ ਵੀ ਸਾਡੇ ਕੋਲ। ਠੀਕ ਠੀਕ। ਬਾਪੂ ਜੈਲਦਾਰ ਕੋਲ ਹੈ? ਬਾਪੂ ਜੀ ਤੁਹਾਡੇ ਕੰਮੀ ਘਰ ਕਿਹੜੇ ਹੁੰਦੇ? ਕੰਮੀ ਘਰ ਦਾ ਨਾਂ ਯਾਦ ਹੈ ਤੁਹਾਨੂੰ ਕਿਸੇ ਦਾ? ਕੰਮੀ ਦੇ ਬੜੇ ਹੁੰਦੇ, ਕੀ ਨਾਂ ਸੀ ਕੰਮੀ ਘਰ ਦਾ? ਕੰਮੀ ਚੂੜੇ ਚਮਿਆਰ, ਚਮਿਆਰ ਹੁੰਦੇ ਉੱਥੇ ਉੱਧਰ ਕੋਨੇ, ਚੂੜੇ ਜ਼ਿਆਦਾ ਸਨ, ਮਸੱਲੀ। ਹਾਂ, ਕੋਈ ਸੈਨੂ, ਕੋਈ ਮੈਨੂੰ, ਕੋਈ ਇਹੋ ਜਿਹਾ ਨਾਂ ਤੇ ਅਮਰਾਸਰ ਸੀ ਨਾ, ਉਹਦਾ ਨਾਂ ਸੀ ਰਾਬਿਆ, ਰਾਮਿਆ, ਰਾਬਿਆ, ਰਾਬਿਆ। ਅੱਛਾ, ਰਾਬਿਆ। ਠੀਕ ਹੈ। ਉਹਦਾ ਮਾਂ ਪਿਓ ਭਰਾ ਕੋਈ ਨੀ ਸੀ। ਅੱਛਾ। ਉਹਦਾ ਪਿਓ ਵੀ ਮਰ ਗਿਆ ਤੇ ਮਾਂ ਵੀ ਮਰ ਗਈ, ਛੋਟੀ ਜੀ ਸੀ ਉਹਨੂੰ ਐਡੀ ਕੋ, ਤੇ ਉਹ ਰੋਵੇ ਪਈ ਤੇ ਬਾਪੂ ਰੀ ਉਹਨੂੰ ਕੰਬਲ ਚ ਸਿਆਲ ਸੀ ਲੇਟ ਲਿਆ, ਤੇ ਉਹ ਸਾਨੂੰ ਅਸੀਂ ਉਹਨੂੰ ਭੂਆ ਆਉਂਦੇ ਸੀ। ਅੱਛਾ। ਸਾਡੇ ਉਹਨੇ ਸਿਰ ਧੋਣੇ, ਕੰਗੀਆਂ ਕਰਨੀਆਂ, ਜੂੜੇ ਕਰਨੇ, ਫਿਰ ਉਹ ਵਿਆਹੀ। ਅੱਛਾ। ਉਹ ਟੱਲੇ ਵਿਆਹੀ ਸੀ। ਅੱਛਾ। ਫਿਰ ਉਹਦੇ ਘਰ ਪੁੱਤਰ ਹੋਇਆ, ਫਿਰ ਮੱਝੀ ਦਿੱਤੀਆਂ ਬਾਪੂ ਦਾ, ਮੁਸਲਮਾਨੀ ਰੋਟੀ ਕੀਤੀ, ਜੰਜ ਜਦੋਂ ਸੱਦੇ 100 ਬੰਦਾ ਜੰਜ ਸੱਦੀ। ਤੁਸੀਂ ਆਪਣੇ ਹੱਥਾਂ ਨਾਲ ਵਿਆਹ ਕੀਤਾ ਉਹਨਾਂ ਦਾ, ਤੁਹਾਡੇ ਬਾਪੂ ਰਾਣੇ? ਆ ਮੇਰੀ ਸਮਾਜ ਚ ਵਿਆਹ ਹੋਇਆ। ਠੀਕ ਠੀਕ। ਅਸੀਂ ਉਹਨੂੰ ਭੂਆ ਆਂਦੇ। ਅੱਛਾ ਅੱਛਾ। ਫਿਰ ਦੱਸਦਾ ਰਿਹਾ, ਪਹਿਲੇ ਹੀ ਦੱਸਿਆ ਪਰ ਸਾਡੇ ਬਾਪ ਤੋਂ ਸਾਰੇ ਡਰਦੇ, ਡਰਦੇ ਸਨ ਸਾਰੇ, ਸਾਰਾ ਪਿੰਡ ਡਰਦਾ। ਨਹੀਂ, ਜਿਵੇਂ ਮੁਸਲਮਾਨਾਂ ਦਾ ਕਿਸੇ ਦਾ ਵਿਆਹ ਹੋਣਾ, ਮਦਦ ਮੁਦਦ ਕਰਦੇ ਹੋ? ਹਾਂ, ਮਦਦ ਉਹਨਾਂ ਦੀ ਮਦਦ ਕਰਦੇ ਸੋ? ਉਸ ਤਰ੍ਹਾਂ ਨਹੀਂ ਮਦਦ ਰਹੇ, ਅੰਦਰ ਉਂਜ ਕੋਈ ਪੈਸੇ ਪੂਸੇ ਲੈਣ ਵਾਸਤੇ ਆਉਂਦਾ ਸੀ, ਉਹਦੇ ਉਸ ਤਰ੍ਹਾਂ ਉਹ ਮਦਦਾ ਹੋ ਜਾਂਦਾ, ਉਹ ਮਦਦਾ ਮਦਦ ਕਰਦੇ ਉਹ ਹੋ ਜਾਂਦੀ ਆ। ਠੀਕ ਠੀਕ। ਤੇ ਉਧਰ ਉਧਰ ਇਹ ਨਹੀਂ, ਇੱਕ ਸਾਡੇ ਉੱਤੋਂ ਥੋੜਾ ਜਿਹਾ ਅੱਲਾ ਦਿੱਤਾ ਲੰਬੜਦਾਰ ਸੀ, ਅੱਲਾ ਦਿੱਤਾ ਉਹਦਾ ਨਾਂ ਸੀ। ਅੱਛਾ। ਉਹ ਕੱਲਾ ਹੀ ਸੀ ਮਾਪਿਆਂ ਦਾ। ਠੀਕ ਹੈ। ਉਹਦੇ ਕੋਲ ਜ਼ਮੀਨ ਵਾਵਾ ਸੀ, ਉਹ
ਠੀਕ ਸੀ, ਉਹ ਮੁਸਲਮਾਨਾਂ ਦਾ ਲੰਬੜਦਾਰ ਸੀ ਪੱਤੀ, ਠੀਕ ਠੀਕ, ਤੇ ਉਹਨੂੰ ਬਾਪੂ ਜੀ ਬਣਾਇਆ ਸੀ ਸਾਡੇ ਪੜਦਾਦੇ ਨੇ ਬਾਪੂ ਜੈਲਦਾਰ, ਤੂੰ ਮੁਸਲਮਾਨਾਂ ਦਾ ਤੂੰ ਅੱਲਾ ਦਿੱਤਾ ਤੂੰ ਲੰਬੜਦਾਰ ਬਣ। ਤੁਹਾਡੇ ਦਾਦਾ ਜੀ ਨੇ ਉਹਨੂੰ ਬਣਾਇਆ ਸੀ ਨੰਬਰਦਾਰ, ਤੂੰ ਮੁਸਲਮਾਨਾਂ ਦਾ ਨੰਬਰਦਾਰ ਹੈ। ਤੇ ਉਹ ਫਿਰ ਉਦੋਂ ਜਿਉਂਦਾ ਸੀ, ਉਹਦੇ ਪੁੱਤਰ ਦਾ ਨਾਂ ਹਬੀਬ ਸੀ, ਹਬੀਬ, ਹਬੀਬ ਇੱਕ ਪੁੱਤਰ ਸੀ ਅਜੇ ਉਦੋਂ, ਠੀਕ ਹੈ, ਉਦੋਂ ਪਿੱਛੇ ਹੋ ਪਿਆ ਹੋਵੇ ਤਾਂ ਪਤਾ ਨੀ। ਤੇ ਤੁਹਾਡਾ ਕੋਈ ਬਿੱਲੀ ਹੁੰਦਾ ਸੀ ਮੁਸਲਮਾਨਾਂ ਚੋਂ ਭਾਈ ਬਾਪੂ ਜੀ? ਉਹ ਇਸੇ ਤਰ੍ਹਾਂ ਨਾਲ ਮਿਲ ਕੇ ਅੱਗੋਂ ਸ਼ਾਮ ਪੈਣੀ ਤੇ ਆਪਣੇ ਪੂਰੇ ਘਰ ਟੁੱਟ ਜਾਣ, ਸਕੂਲੇ ਹੀ ਆਉਣਾ ਭੱਜਣਾ ਨੱਸਣਾ। ਨਹੀਂ ਤੁਹਾਡੇ ਨਾਲ ਸਕੂਲੇ ਕਿਹੜੇ ਪੜ੍ਹਦੇ ਹਨ ਮੁੰਡੇ, ਨਾ ਯਾਦ ਕਿਸੇ ਦਾ ਮੁਸਲਮਾਨ? ਬੜੇ ਬੜੇ ਪੜ੍ਹਦੇ ਸਨ ਯਾਰ, ਇੱਕ ਦਿਨ ਨਾ ਯਾਦ ਹੋਵੇ ਤੈਨੂੰ ਕਿਸੇ ਦਾ ਵੀ ਨਹੀਂ, ਨਾ ਨਾ ਯਾਦ ਨਹੀਂ। ਉਹ ਵੀ ਬੋ ਵਾਰੀ ਸਾਰੇ ਪੜ੍ਹਦੇ ਸਨ ਬੀਬੂ, ਕਈ ਕਈ ਨਾਂ ਸਨ। ਅੱਛਾ ਅੱਛਾ, ਠੀਕ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਬਾਜ਼ਾਰ ਹੁੰਦਾ ਸੀ, ਕਰਿਆਨੇ ਦੁਕਾਨਾਂ ਜਾਂ ਕਿਸੇ ਉਸ ਤਰ੍ਹਾਂ ਬਾਜ਼ਾਰ ਰਹੇ? ਪੜਤਾਂ ਦੀਆਂ ਜ਼ਿਆਦਾ ਦੁਕਾਨਾਂ ਸੀ। ਅੱਛਾ, ਖੱਤਰੀ ਜਾਂ ਖੱਤਰੀ ਸਨ ਸਾਡੇ ਪਿੰਡ, ਖੱਤਰੀ ਸਨ, ਟੱਕਰ ਮਾਰਦੇ ਸਨ ਆ ਪੱਕੀ ਕੰਧ ਨੂੰ ਡੇਗ ਛੱਡ। ਅੱਛਾ, ਏਡੇ ਜਵਾਨ ਸਨ, ਏਡੇ ਜਵਾਨ ਸਨ, ਖੁਰਾਕਾਂ ਖਾ ਖਾ ਕੇ, ਤੇ ਉਹਨਾਂ ਨੂੰ ਲਾਂਬੇ ਸਨ ਜਾਤ ਦੇ, ਠੀਕ ਠੀਕ, ਲਾਂਬੇ, ਉਹਨਾਂ ਦੀਆਂ ਜਾਤਾਂ ਸਨ, ਦੁਕਾਨਾਂ ਸਨ। ਨਹੀਂ ਤੁਹਾਡੇ ਬਾਪੂ ਹੋਰਾਂ ਦਾ ਮਤਲਬ ਪੂਰਾ ਚੰਗਾ ਉੱਥੇ ਰੋਹਬ ਸੀ, ਪੂਰਾ ਮਤਲਬ ਦਬਦਬਾ ਸੀ ਆਪਣੇ ਬਾਪੂ ਦਾ, ਦੂਰ ਦੂਰ ਵੀ ਦੂਜਿਆਂ ਜ਼ਿਲ੍ਹਿਆਂ 'ਚ ਵੀ ਰੋਹਬ ਸੀ ਬਾਪੂ ਜੀ ਜੀ। ਇਹ ਨਹੀਂ ਕਿ ਨਹੀਂ, ਫਿਰ ਇੱਧਰ ਆ ਕੇ ਜਦੋਂ ਸਮਾਂ ਆ ਗਿਆ ਨਾ ਵਕਤ, ਹਾਂਜੀ, ਮੈਂ ਪੁੱਛਿਆ ਬਾਪੂ ਜੀ ਤੁਹਾਡਾ ਹੁਣ ਆਖਰੀ ਸਮਾਂ, ਕੋਈ ਸਾਨੂੰ ਸਿੱਖ ਮਤ ਦੇ। ਆਂਦੇ ਨੇ ਪੁੱਤਰਾ ਮੁੱਛਾਂ ਨੂੰ ਵੱਟ ਤੇ ਡਾਂਗ ਨੂੰ ਤੇਲ, ਇਹ ਰਿਆਈ ਕੋਲ ਕੱਖ ਨਹੀਂ ਸੀ ਹੁੰਦਾ। ਚਾਚੇ ਤਾਇਆਂ ਨੂੰ ਅੱਗੋਂ ਫਿਰ ਵੰਡਦੇ, ਤੁਹਾਡਾ ਕਿਹੜਾ ਸੀ? ਚੜ੍ਹਦੇ ਪਾਸੇ, ਉਧਰਾਲੇ ਦੇ ਨੇੜੇ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਮੇਲਾ ਲੱਗਦਾ ਸੀ? ਨਾ, ਪਿੰਡ 'ਚ ਮੇਲਾ ਨਹੀਂ ਸੀ ਲੱਗਦਾ, ਕੁਦਰਾਂ ਵਾਲੇ ਲੱਗਦੇ। ਅੱਛਾ, ਕੋਤਰ ਸੋ ਖੰਡ ਪਾਟ ਟਿਕਦਾ ਹੁੰਦਾ। ਅੱਛਾ ਅੱਛਾ, ਤੇ ਗੁਰਦੁਆਰਾ ਉਦੋਂ ਲੋਕ ਜਾਂਦੇ ਸਨ, ਸਿੱਖ ਸਿੱਖ ਜਿੱਥੇ ਜਾਂਦੇ ਸਨ, ਇਹ ਵੱਡਾ ਮੇਲਾ ਸਿੱਖਾਂ ਦਾ, ਠੀਕ ਠੀਕ, ਜਾਂ ਵਿਸਾਖੀ ਨੂੰ ਆਪੋ ਆਪਣੇ ਘਰ ਮੰਨਣਾ, ਮੁਸਲਮਾਨਾਂ ਆਪਣੇ ਘਰ ਵਿਸਾਖੀ ਮਨਾਉਣੀ, ਠੀਕ ਠੀਕ, ਹੋਰ ਲੋਈ ਲੋਈ ਜੋ ਹੁੰਦੀ ਸੀ ਉਹ ਆਪੋ ਆਪਣੇ ਘਰ, ਉਰਾਂ ਇੱਧਰਲੇ ਪਾਸੇ ਨਾਲ ਛੱਪੜ ਵੀ ਇੱਧਰ ਨਾਲ ਇਹਨਾਂ ਪੰਡਤਾਂ ਦਾ, ਠੀਕ ਠੀਕ, ਛੋਟਾ ਜਿਹਾ ਮੰਦਰ ਸੀ, ਮੰਦਰ ਵੀ ਹੁੰਦਾ ਸੀ ਆਪਣੇ ਪਿੰਡ 'ਚ, ਮੰਦਰ ਵੀ ਛੋਟਾ ਜਿਹਾ, ਛੋਟਾ ਜਿਹਾ ਹੁੰਦਾ ਸੀ, ਠੀਕ ਠੀਕ, ਉਹਦੇ ਨਾਲ ਇਹਨਾਂ ਥੋੜਾ ਜਿਹਾ ਉਹ ਬਣਾਇਆ, ਤਲਾਬ ਬਣਾਇਆ ਨਹਾਉਣ ਵਾਸਤੇ ਥਾਂ, ਤਲਾਬ ਜਾ, ਆ ਤਲਾਬ ਰਹਿਣਾ ਦੋ ਕਮਰਿਆਂ ਜਿੱਡਾ, ਤੇ ਉਹ ਪੌੜੀਆਂ ਪੌੜੀਆਂ ਬਣੀ, ਠੀਕ ਠੀਕ, ਉੱਥੇ ਨਹਾਉਂਦੇ ਨੂੰ। ਚਾਟਾ ਸਾਹਿਬ ਜਦੋਂ ਉੱਧਰ ਆਏ ਨਾ, ਹਾਂਜੀ, ਸਾਨੂੰ ਬੁਖਾਰ ਚੜ ਗਿਆ ਦੋਵਾਂ ਭਰਾਵਾਂ ਦੇ, ਚਾਰ ਦਿਨ ਹੋ ਗਏ ਨਾ ਕੋਲ ਪੈਸਾ, ਦਵਾਈ ਕਿੱਥੋਂ ਲਈਏ, ਤੇ ਭੁੱਖੇ, ਹਾਂਜੀ ਹਾਂਜੀ, ਉੱਠੇ ਫਿਰ ਪੰਜੀ ਦਿਨੀ ਬੁਖਾਰ ਲੱਥਾ ਸਾਡਾ, ਅੱਜ ਕਰਕੇ ਤੰਬੂ ਦੇ ਵਿੱਚੋਂ ਬਾਹਰ ਨਿਕਲੇ, ਤੇ ਬਾਪ ਸਾਡਾ ਆਉਂਦਾ, ਮਾਂ ਸਾਡੀ ਆਉਂਦੀ, ਸਰਦਾਰ ਜੀ ਚਲੋ ਅੰਮ੍ਰਿਤਸਰ ਚਲੀਏ ਮੱਥਾ ਟੇਕੀਏ। ਅੱਛਾ, ਉਸ ਆ ਗਿਆ ਭੋਲੀਏ, ਪੈਸਾ ਕੋਲ ਕੋਈ ਨੀ, ਗੁਰੂ ਦੇ ਦਰਬਾਰ ਜਾਣਾ, ਜੀ ਜੀ, ਤੇ ਮੱਥਾ ਟੇਕਣ ਯੋਗੇ ਦਾ ਪੈਸਾ ਹੋਇਆ।
ਆਉਂਦੇ ਨੇ ਫਿਰ ਹੁਣ ਕਿਵੇਂ ਜਾਣਦਾ ਹੀ ਹੈ ਨਾ ਗੁਰੂ, ਗੁਰੂ ਨੂੰ ਪਤਾ ਹੀ ਹੈ ਨਾ ਇਹਨਾਂ ਦੇ ਕੋਲ ਕੁਝ ਨੀ। ਪੰਜ ਚਾਰ ਦਿਨ ਹੋ ਗਏ ਨੇ ਬੱਚੇ ਪੁੱਤਰ ਭੁੱਖੇ ਬੱਧੇ ਅੰਦਰ ਬੁਖਾਰ ਨਾਲ ਪਾਏ ਨੇ, ਹਾਂਜੀ ਇਹਨਾਂ ਦੀ ਦਵਾਈ ਜੋਗਾ ਪੈਸਾ ਕੋਈ। ਬਾਪੂ ਰੀ ਗਏ ਉੱਠ ਕੇ ਨਾ ਰਾਤ ਨੂੰ ਰੋਲ ਉੱਠ ਗਏ ਬਾਜ਼ਾਰ ਚ ਵੇਖਿਆ ਅੰਮ੍ਰਿਤਸਰ ਐਡਾ ਪੱਥਰ ਪਿਆ ਸੀ ਬੂਹੇ ਦੇ ਅੱਗੇ ਮਾਰਿਆ ਪੱਥਰ ਅੱਗੋਂ ਪਿੱਛੋਂ ਵੇਖ ਕੇ ਜੰਦਰਾ ਟੁੱਟ ਗਿਆ ਥੱਲੇ ਫੂੜੀ ਦੇ। ਉਦੋਂ ਲੋਕ ਉੱਤੇ ਬਹਿੰਦੇ ਸਨ ਫੂੜੀ ਜਾਂ ਥੱਲੇ ਵਜਨ ਫੂੜੀ ਦੇ ਅਸੀਂ ਨੋਟ ਧਰੇ ਉਹ ਬਾਪੂ ਰਾਂ ਚੁੱਕ ਲਿਆ ਪੰਜ ਸੌ ਦੇ ਸੌ ਸੌ ਦੇ ਨੋਟ ਪੰਜ ਠੀਕ ਉਹ ਬਾਪੂ ਰਾਂ ਬੋਝੇ ਚ ਪਾ ਤੇ ਆ ਗਿਆ ਜੰਦਰਾ ਰਾ ਕੇ ਬਾਹਰ ਨਿਕਲ ਹੋਰ ਕੋਈ ਸ਼ਾਇਰ ਨਹੀਂ ਨੇ ਛੇੜੀ। ਸਵੇਰੇ ਆ ਗਏ ਆਉਂਦੇ ਨੇ ਫਿਰ ਕੇ ਤਿਆਰ ਹੋ ਅੰਮ੍ਰਿਤਸਰ ਚਲੀ ਅੱਗੇ ਮੱਥਾ ਟੇਕਣ ਜੋਗਾ ਪੈਸਾ ਕੋਈ ਨੀ ਤੇ ਚੱਲਾਂਗੇ ਨਹੀਂ ਚੱਲ ਹੋਰੇ ਗੱਡੀ ਜਾਣੀ ਹੈ ਤੇ ਇਹ ਗੱਡੀ ਅਗਾਂਹ ਜਾਣੀ ਤੇ ਅੰਮ੍ਰਿਤਸਰ ਖਲੋਣੀ ਹੈ ਤੇ ਉੱਥੇ ਚੜ ਚਲੀ ਉਦੋਂ ਕਿਰਾਇਆ ਕਰਾਇਆ ਕੋਈ ਨੀ ਸਨ ਲਈ ਠੀਕ ਹੈ ਲਓ ਜੀ ਅਸੀਂ ਬਹਿ ਗਏ ਅੱਗੇ ਨਿਕਲੇ ਥੋੜੀ ਦੂਰ ਅੱਗੇ ਖੱਤਰੀ ਇੱਕ ਲਗਾ ਐਡਾ ਟਿਫਨ ਉਹਨੇ ਫੜਿਆ ਅਰਬੀ ਦੀ ਸਬਜ਼ੀ ਤੇ ਨਾਲ ਪਰੌਂਠੇ ਵੇਚ ਕੇ ਉਹਦੇ ਬੰਦ ਕੀਤੇ ਠੀਕ ਲਓ ਸਰਦਾਰ ਜੀ ਮੈਨੂੰ ਸਰਦਾਰ ਦੇ ਪਤਾ ਨੀ ਕਿੱਦਾਂ ਟੁਰ ਗਿਆ ਮੇਰੇ ਪਿੰਡ ਦਾ ਸੀ ਤੁਸੀਂ ਆਏ ਵਾ ਫੁਲਕੇ ਸਾਨੂੰ ਭੁੱਖ ਲੱਗੀ ਉਹ ਬਾਪ ਸਾਡੇ ਨੇ ਲਓ ਪੁੱਤਰ ਖਾ ਲਓ ਉਹ ਖਾਧੇ ਅੰਮ੍ਰਿਤਸਰ ਜਾਏ ਬਾਪੂ ਰਾਂ ਕੱਢ ਕੇ ਦੱਸਿਆ ਫਿਰ ਫਿਰ ਅਸੀਂ ਅੱਗੇ ਗਏ ਉੱਥੋਂ ਫਿਰ ਪੰਡੋਰੀ ਰਾਈਆਂ ਦੀ ਅੱਛਾ ਇਹ ਮੋਗੇ ਚ ਪੈਂਦੀ ਫਿਰੋਜ਼ਪੁਰ ਪੰਡੋਰੀ ਰਾਈਆਂ ਦੀ ਧਰਮਕੋਟ ਠਾਣਾ ਲੱਗਦਾ ਸੀ ਉੱਥੇ ਫਿਰ ਸਾਡੇ ਅਗਾਂਹ ਮੁਰੱਬੇ ਦੁਆਏ ਸਨ ਬਾਪ ਸਾਡੇ ਦਾਦੇ ਸਾਡੇ ਨੇ ਅਗਾਂਹ ਮਿਲਟ ਕੁਮਰੀ ਉਹ ਉੱਥੇ ਆਏ ਸਨ ਸਾਡੇ ਸੱਕੇ ਹੀ ਸਨ ਉਹਨਾਂ ਕੋਲ ਗਏ ਉੱਥੇ ਫਿਰ ਚਾਰ ਸਾਲ ਰਹੇ ਉਹਨਾਂ ਦੀ ਜੋਗ ਜੋਗ ਲੈਣੀ ਅੱਗੇ ਲੈਣੇ ਉਹ ਕਾਫਲਾ ਲਿਆਇਆ ਸਨ ਗੱਡੇ ਲਿਆਏ ਸਨ ਸਾਰਾ ਸਮਾਨ ਲੱਦ ਕੇ ਲਿਆਏ ਤੇ ਉਹ ਲੈਣੇ ਤੇ ਉਹ ਕਣਕ ਕੁਣਕ ਮਕਾਈ ਮਕੋਈ ਕੋਈ ਕਿੱਲਾ ਵੀਗਾ ਬੀਜਣੀ ਤੇ ਉਹ ਖਾਣੀ ਖੋਣੀ ਉਹਨਾਂ ਨੇ ਟੱਗਿਆ ਨਾਲ ਹੀ ਖਰਾਸ ਤੇ ਪੀਣੀ ਤੇ ਇਸ ਤਰ੍ਹਾਂ ਕਰ ਚੌਥੇ ਸਾਲ ਫਿਰ ਅਸੀਂ ਪੰਜਵੇਂ ਸਾਲ ਫਿਰ ਅੱਗੋਂ ਇੱਧਰ ਆਏ ਗੋਂਦਰ ਗੋਂਦਰ ਅਲਾਟਮੈਂਟ ਤਾਇਆ ਸਾਡਾ ਗੋਂਦਰ ਹੁੰਦਾ ਇਹਨੇ ਦਰਖਾਸਤ ਦਿੱਤੀ ਉਹ ਅਲਾਟਮੈਂਟ ਗੋਂਦਰ ਹੋਈ ਉਹ ਡੇਰਾ ਬੜਾ ਚਾਹੁੰਦਾ ਮਸ਼ਹੂਰ ਉੱਥੇ ਗੁਰਦੁਆਰਾ ਆਪਣੇ ਹੱਥੀਂ ਆਪ ਬਣਾਇਆ ਠੀਕ ਹੈ ਕਨਾਲ ਮੈਂ ਦਿੱਤੀ ਤੇ ਕਨਾਲ ਮੇਰੇ ਚਾਚੇ ਦੇ ਪੁੱਤਰ ਅਮਰ ਸਿੰਘ ਦੇ ਪੁੱਤਰ ਗਲੀਆਰ ਕਨਾਲ ਉਹਨਾਂ ਦੀ ਦਿੱਤੀ ਕਨਾਲ ਸਾਨੂੰ ਦੋ ਕਨਾਲੀ ਚ ਗੁਰਦੁਆਰਾ ਬਣਿਆ ਜਾ ਕੇ ਉੱਤੇ ਉੱਤੇ ਸੜਕ ਦੇ ਉਹ ਇੱਧਰਲੇ ਪਾਸੇ ਸਾਡੀ ਹੈ ਇੱਧਰਲੇ ਪਾਸੇ ਜਦੋਂ ਅਰਸ਼ ਹੈ ਜੁੱਤੀ ਵੀ ਨੀ ਰਹੀ ਪੈੜੀ ਪੱਗ ਵੀ ਨੀ ਰਹੀ ਸਿਰ ਤੇ ਬੇਇੱਜ਼ਤੀ ਹੋਈ ਤੇ ਕਈਆਂ ਦੇ ਬੱਚੇ ਵੀ ਮਰ ਗਏ ਮਰ ਗਏ ਬੜਾ ਨੁਕਸਾਨ ਹੋਇਆ ਜਾਨੀ ਹਮਲਾ ਹੋਇਆ ਤੇ ਬਾਪੂ ਜੀ ਹਮਲਾ ਜਿਹੜਾ ਹੋਇਆ ਹੈ ਇਹ ਜਿਹੜੀ ਵੰਡ ਹੋਈ ਹੈ ਇਹ ਕੰਮ ਸਹੀ ਹੋਇਆ ਕਿ ਗਲਤ ਹੋਇਆ ਤੁਹਾਡੇ ਉਹਦੇ ਲਗੇ ਜਾਂਦਿਆਂ ਨੂੰ ਇੱਕਦਮ ਮਿਲਟਰੀ ਪਈ ਪਿੱਛੋਂ ਗੱਡੀਆਂ ਦੇ ਭੱਜ ਕੇ ਬਹਿ ਗਏ ਚਲਾ ਦਿੱਤੀਆਂ ਗੋਲੀਆਂ ਉਹਨਾਂ
ਵੀ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ ਨਾ, ਜੋ ਵੰਡ ਜਿਹੜੀ ਹੋਈ ਹੈ ਗਲਤ ਹੋਈ ਹੈ ਵੰਡ। ਇੱਧਰ ਇੱਧਰ ਵੀ ਜਿਹੜਾ ਹਰੇਕੇ ਪੱਤਰ ਨੇ ਦਰਿਆ ਦੇ ਕੰਢੇ ਦੇ ਫਿਰ ਬੜੇ ਬੁਰੇ ਫੁਟਕਾਏ ਇਹਨਾਂ ਨੇ। ਬਾਪੂ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬੁਲਾ ਦੋ।